ਹੈਲੋ एवरीवन वेरी गुड मॉर्निंग टू ऑल वेलकम टू सक्सेस 30 पंजाब सफलता ਦੇ ਰੁਕਿਸ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੇਰਾ ਨਾਮ ਹੈ ਜਸਕਰਨ ਸਿੰਘ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਮ ਆਈ ਆਡੀਬਲ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਪਹਿਲਾ ਗੁਜਨਾ ਪਹਿਲਾ ਗੁਜੀ ਗੁੱਡ ਮਾਰਨਿੰਗ ਸਿਮੀ अज मैं थोड़े शहर आया सर रजिंदर मेरे शहर की करना क्या तू ऑडिबल जी ऑडिबल डीवी डीवी अच्छा जी डीवी तो मैं हूँ की समझा किसी कुड़ी का नाम है है नवनीत कौर गुड मॉर्निंग जी गुड मॉर्निंग खान वाली जगह दसो कोई चज जी ਪਟਿਆਲੇ ਚੱਜ ਜੀ ਹੁਣ ਤੇਰਾ ਚੱਜ ਦੇ ਅਕੋਰਡਿੰਗ ਤਾਂ ਮੈਨੂੰ ਪਤਾ ਨਹੀਂ ਹੁਣ ਮੈਂ ਤੈਨੂੰ ਦੱਸਦਾ ਤੂੰ ਜੱਗੀ ਚੱਲ ਜਾ ਠੀਕ ਆ ਬਾਈ ਨੰਬਰ ਦੇ ਕੋਲ ਹੈ ਠੀਕ ਆ ਗੋਪਾਲ ਜਾ ਸਕਦਾ ਹੈ ਠੀਕ ਆ ਉਹ ਦੋਨਾਂ ਦੇ ਵਿੱਚ ਇੱਕ ਚਿਕਨ ਵਾਲੀ ਜਗ੍ਹਾ ਜਿਹੜਾ ਚਾਵਲਾ ਚਿਕਨ ਕਾਫੀ ਮਸ਼ਹੂਰ ਆ ਉਹਦਾ ਠੀਕ ਆ ਉਸ ਤੋਂ ਸਿਵਾ ਉਹਦੇ ਸਾਹਮਣੇ ਹੀ ਬੇਕਰੀਆਂ ਵੀ ਨੇ ਕੁਛ ਠੀਕ ਆ ਉਬਰਾਏ ਤੇ ਵਰਮਾ ਬੇਕਰੀ ਉੱਥੇ ਜਾ ਸਕਦਾ ਹੈ ਉਬਰਾਏ ਵਰਮਾ ਬੇਕਰੀ ਦੇ ਸਾਹਮਣੇ ਇੱਕ ਪਕੌੜੇ ਵਾਲਾ ਸੰਤ ਪਕੌੜੇ ਵਾਲਾ ਕਾਫੀ ਮਸ਼ਹੂਰ ਆ ਪਟਿਆਲੇ ਉੱਥੇ ਜਾ ਸਕਦਾ ਹੈ ਠੀਕ ਆ स्टाइलस कितने गया इस स्टाइलस नहीं मिल रहा अरे, सॉरी हाँ गुड मॉर्निंग गुड मॉर्निंग सत मनप्रीत मनदीप सत श्रीकाल हिमांशु ओके गुड मॉर्निंग गिफ्टी ਪਟੂ ਰੇ ਛੋਲੇ ਖਾਣੇ ਆ ਤਾਂ ਮਤਲਬ ਸ਼ੇਰਾਂ ਵਾਲੇ ਗੇਟ ਚੱਲ ਜੀ ਗੋਪਾਲ ਦੇਣਾ ਜਾਈ ਪੀਪੀਐਸਸੀ ਆਫਿਸ ਕੋਲ ਹੀ ਗੋਪਾਲ ਹੈ ਹਾਂਜੀ ਉਧਰ ਹੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਟਿਆਲ ਰੀ ਖਬਰਾਂ ਚੱਕੀ ਹੁੰਦੇ ਹੋ ਹੈ अग की शुरुआत करद गई आवाज़ आवाज़ नहीं आ रही सारे वॉइस म्यूट म्यूट हो गया या सॉफ्टवेयर के ठीक है आ गई चक्कर की पै रहा अपने आप हो रहे हैं कुछ ओके चलो बाइक बहुत नॉइज है सर नॉइज नहीं है ਇਸ ਤੋਂ niche ਕਰੂੰਗਾ ਯਾਰ ਉਹ ਠੀਕ ਨਹੀਂ ਲੱਗਣਾ ਐਦਾਂ ਕਰਕੇ ਰੱਖ ਲੀਨਾ ਚਲੋ ਐਨੀਵੇ ਓਕੇ ਅ ਚਲੋ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਠੀਕ ਹੈ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਆਪਾਂ ਕਰੰਟ ਅਫੇਅਰ ਕਵਰ ਕਰਾਂਗੇ ਠੀਕ ਹੈ 1 ਮਾਰਚ ਦੇ ਦਿਨ ਅੱਜ ਦਾ ਅੱਜ ਕੀ ਹੈ ਬੁੱਧਵਾਰ ਹੈ ਨਵਾਂ ਮਹੀਨਾ ਚੜ੍ਹਿਆ ਠੀਕ ਹੈ ਤੋਂ ਉਸਾਰਨ ਸ਼ੁਰੂਆਤ ਮੁਬਾਰਕਾ ਨਵੇਂ ਮਹੀਨੇ ਦੀਆਂ ਹਾਂਜੀ ਸਭ ਤੋਂ ਪਹਿਲੀ ਨਿਊਜ਼ ਦੇਖੋ ਆਪਣੇ ਕੋਲ ਕੀ ਹੈ Indian Air Force take part in kire vich desert flag 8th exercise organized in kithe UAE de vich organize kiti gayi hai hun aapan nu pehli statement to hi ki pata chalda hai with UAE bilkul hi bilkul ke kinma addition hai 8th addition hai jehda isvar hoya theek hai kyuki ore likhya hi hoya hai desert flag 8000 matlab ki ho gaya apne kol 8th addition hai good morning ji good morning desert flag okay okay further agar aap aye de vich dekhe ta aapan nu hor ki pata chaluga ਤਾਂ ਜਿਹੜੀ ਐਕਸਰਸਾਈਜ਼ ਐਕਚੁਅਲੀ ਕੰਡਕਟ ਕਿੱਥੇ ਹੋ ਰਹੀ ਹੈ ਜਿਵੇਂ ਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਯੂਏਈ ਦੇ ਵਿੱਚ ਕੰਡਕਟ ਹੋ ਰਹੀ ਹੈ ਤਾਂ ਬਿਲਕੁਲ ਲੇਕਿਨ ਯੂਏਈ ਦੇ ਵਿੱਚ ਕਿਹੜੀ ਜਗ੍ਹਾ ਤਾਂ ਆਪਣੇ ਕੋਲ ਕੀ ਆ ਜੂਗਾ ਅਲਦਾਫਰਾ ਕਿੱਥੇ ਅਲਦਾਫਰਾ ਜੋ ਕਿ ਇੱਕ 에어 ਵੇਸਾ ਕਿੱਥੇ ਯੂਏਈ ਦੇ A ਦੇ ਵਿੱਚ ਹੈ ਜਿੱਥੇ ਐਕਸਰਸਾਈਜ਼ ਹੋ ਰਹੀ ਹੈ ਲੇਕਿਨ ਅਗਰ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵੱਲੋਂ ਕਿੰਨੇ ਉਰੇ 에ਅਰਕ੍ਰਾਫਟ ਗੈਨੇ ਦਾ 101 에ਅਰ ਵਾਰੀਅਰ ਜਿਹੜੇ ਕੁਝ ਕੈਰੀਂਗ ਕਰ ਰਹੇ ਨੇ ਮਤਲਬ ਐਜੇ 에ਅਰਕ੍ਰਾਫਟ ਗੈਨੇ ਉਰੇ ਐਕਸਰਸਾਈਜ਼ ਕਰਨ ਕਿੰਨੇ 101 에ਅਰ ਵ ਠੀਕ ਹੈ ਹੁਣ ਜਿਹੜੇ 101 에어 ਵਾਰ리어 ਗਏ ਨੇ ਇਹਦੇ ਵਿੱਚ 5 एलसीए तेजस ਵੀ ਗਏ ਨੇ ਹੁਣ एलसीए ਕੀ ਹੈ ਲਾਈਟ ਕੰਬੈਟ 에어ਕ੍ਰਾਫਟ ਜੇ ਤੁਹਾਨੂੰ ਯਾਦ ਹੋਊਗਾ ਆਪਾਂ ਕੁਝ ਮਹੀਨੇ ਪਹਿਲਾਂ ਕੀਤਾ ਸੀ ਇਹ ਰੀਸੈਂਟਲੀ ਜਿਹੜਾ ਬਣਿਆ ਹੋਇਆ ਸੀ ਇੰਡੀਜਿਨियस ਜਿਹੜਾ ਮਤਲਬ ਇੰਡੀਆ ਦੁਆਰਾ ਹੀ ਬਣਾਇਆ ਗਿਆ ਸੀ ਇੰਡੀਆ ਦੇ ਵਿੱਚ ਹੀ ਬਣਾਇਆ ਗਿਆ ਸੀਗਾ ਇਹ ਉਹ ਹੈ ਲਾਈਟ एलसीए ਟੈਸਟ ਠੀਕ ਹੈ ਮਤਲਬ तेजस ਜਿਹੜਾ ਸਭ ਤੋਂ ਪਹਿਲਾਂ ਮਤਲਬ ਇੰਡੀਆ ਦੇ ਵਿੱਚ ਹੀ ਬਣਾਇਆ ਗਿਆ ਸੀਗਾ तेजस ਦਾ ਲਾਈਟ ਵਰਜਨ ਸੀਗਾ ਲੇਕਿਨ ਉਸ ਤੋਂ ਜ਼ਿਆਦਾ ਸਪੀਡ ਵੀ ਸੀਗੀ ਠੀਕ ਹੈ 2C17 글로ਬ ਮਾਸਟਰ 3 ਏਅਰਕraft AV ਉਹਦੇ ਪੱਕੀ ਕਰਦੇ ਨੇ ਪਾਰਟਿਸਿਪੇਟ ਕਰ ਰਹੇ ਹੁਣ ਇਹ ਐਕਸਰਸਾਈਜ਼ ਦੀ ਗੱਲ ਕਰੀਏ ਠੀਕ ਹੈ ਤਾਂ ਇਹਦੇ ਐਕਸਸ ਦੇ ਵਿੱਚ ਸਭ ਤੋਂ ਪਹਿਲੀ ਵਾਰ ਹੀ ਐਦਾਂ ਹੋਇਆ ਕਿ LCA ਤੇਜਸ ਕਿਸੇ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਇਹ ਸਭ ਤੋਂ ਪਹਿਲੀ ਵਾਰੀ ਹੋਇਆ ਠੀਕ ਐਕਸਰਸਾਈਜ਼ ਦੇ ਪਿੱਛੇ ਰੀਜ਼ਨ ਕੀ ਸੀ ਛੱਡੋ ਐਕਸਰਸਾਈਜ਼ ਡੈਜ਼ਰਟ ਫਲੈਗ ਦੀ ਗੱਲ ਕਰੀ ਤਾਂ ਡੈਜ਼ਰਟ ਫਲੈਗ ਜਿਹੜੀ ਐਕਸਰਸਾਈਜ਼ ਹੈ ਇੱਕ ਮਲਟੀਲੇਟਰਲ 에ਅਰ ਐਕਸਰਸਾਈਜ਼ ਹੈ ਜਿਹਦੇ ਵਿੱਚ ਮਤਲਬ 에ਅਰ ਫੋਰਸ ਕੰਬਾਈਨ ਮਤਲਬ ਪਾਰਟਿਸਿਪੇਟ ਕਰਦੀ ਹੈ ਅਲੱਗ-ਅਲੱਗ ਕੰਟਰੀਜ਼ ਦੀ ਤਾਂ ਇਹ ਮਲਟੀਲੇਟਰਲ ਹੈ ਮਤਲਬ ਇੱਥੇ ਕਾਫੀ ਕੰਟਰੀਜ਼ ਪਾਰਟਿਸਿਪੇਟ ਕਰਦੀਆਂ ਤਾਂ ਕੋਰੀਓ ਦੇਖ ਲੈਣਾ ਕਿਹੜੀ-ਕਿਹੜੀ ਕੰਟਰੀਜ਼ ਭਾਗ ਲੈ ਸਕਦੇ ਯੂਏਈ ਫਰਾਂਸ ਕੁਵੇਤ ਆਸਟ੍ਰੇਲੀਆ ਯੂਕੇ ਬ੍ਰਾਇਨ ਮੋਰਾਕੋ ਠੀਕ ਹੈ ਯੂਐਸਏ ਸਪੇਨ ਰਿਪਬਲਿਕ ਆਫ ਕੋਰੀਆ 19 ਡੇਸ ਦੀ ਬਿਲਕੁਲ ਜੀ ਬਿਲਕੁਲ ਅਗਰ ਦੇਖਿਆ ਜਾਵੇ ਤਾਂ ਆਪਣੇ ਕੋਲ ਕਰੋ ਚਲਿਆ 27 ਫਰਵਰੀ ਤੋਂ ਲੈ ਕੇ 17 ਮਾਰਚ ਤੱਕ ਜਿਹੜੀ ਇਹ ਐਕਸਰਸਾਈਜ਼ ਆ ਕੰਡਕਟ ਕਰਵਾਈ ਜਾਊਗੀ ਹਾਂਜੀ ਕੁਐਸਚਨ ਦੇਖੋ ਇਨ ਵਿਚ ਕੰਟਰੀ ਵਿਲ 에ਅਰ ਫੋਰਸ ਪਾਰਟਿਸਪੇਟ ਦੀ ਡੈਜ਼ਰਟ ਫਲੈਗ 8 ਐਕਸਰਸਾਈਜ਼ ਹਾਂਜੀ ਕਿੱਥੇ ਪਾਰਟਿਸਪੇਟ ਕਰ ਰਹੀ ਹੈ ਹਾਂ ਨਾ ਮੂ ਕਿਉਂ ਬਣ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਲਈ ਗਿਆ ਅਗਲਾ ਅਗਲੇ ਦੀ ਨੌਕਰੀ ਪੱਕੀ ਹੋਈ ਹੈ ਹੈ ਬਿਲਕੁਲ ਤਾਂ ਕਿੱਥੇ ਹੋ ਰਹੀ ਹੈ ਯੂਏਈ ਦੇ ਵਿੱਚ ਹੋ ਰਹੀ ਹੈ ਯੂਏਈ ਦੇ ਵਿੱਚ ਅਗਰ ਐਗਜ਼ੈਕਟ ਜਗ੍ਹਾ ਦੀ ਗੱਲ ਕਰੀਏ 에ਅਰਵੇਜ਼ ਆਪਣੇ ਕੋਲ ਕੀ ਆ ਜੂਗਾ ਤਾਂ ਆਪਣੇ ਕੋਲ ਹੈ ਅਲਦਾਫਰਾ 에ਅਰਵੇਜ਼ ਠੀਕ ਹੈ ਉਹ ਆ ਜੂਗਾ ਉਹਦੇ ਵਿੱਚ ਓਕੇ ਸੱਚੇ ਦਾ ਕਲ ਮੁਸਾਦ ਸੱਚੇ ਕਲ ਨੈਕਸਟ ਦੇਖੋ 14 ਰਾਸ਼ਟਰੀ ਸੰਸਕ੍ਰਿਤੀ ਮੌਸਮ ਬਿਗਨ ਇਨ ਬਿਗਨ ਆਰਗੇਨਾਈਜ਼ ਇਨ ਬਿਕਨੇਰ ਰਾਜਸਥਾਨ ਕਿੱਥੇ ਬਿਕਨੇਰ ਤੇ ਰਾਜਸਥਾਨ ਬਿਕਨੇਰ ਦੇ ਵਿੱਚ ਸ਼ੁਰੂ ਹੋਇਆ ਠੀਕ ਹੈ ਕਿਹਦੀ ਗੱਲ ਕਰ ਰਹੇ ਆਪਾਂ ਰਾਸ਼ਟਰੀ ਸੰਸਕ੍ਰਿਤੀ ਮੌਸਮ ਦੀ ਗੱਲ ਕਰ ਰਹੇ ਆ ਜਿਹੜਾ ਕਿੰਮੇ ਇਸਵਰ 14th ਕਿੰਮੀ ਦੀ ਗੱਲ ਕਰ ਰਹੇ ਆਪਾਂ 14th ਦੀ ਗੱਲ ਕਰ ਰਹੇ ਆ ਜਿਹੜਾ ਇਸਵਰ ਹੋ ਰਿਹਾ ਹੈ ਓਕੇ ਚਲੋ ਵੇਟ 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 ਗੜਬੜ ਹੋ ਗਈ ਹਾਂਜੀ ਪ੍ਰੋਟੀਨ ਸੰਸਕ੍ਰਿਤਿ ਮੌਸਮ ਦੀ ਗੱਲ ਕਰੇ ਜਿਹੜਾ 25 ਫਰਵਰੀ ਨੂੰ ਸਟਾਰਟ ਹੋਇਆ ਸੀ ਇਹ ਆ ਦੋਸਤਾਂ ਨੂੰ ਐਸੀ 25 ਫਰਬੀ ਨੂੰ ਸਟਾਰਟ ਹੋਇਆ ਸੀਗਾ ਠੀਕ ਹੈ ਕਿੱਥੇ ਹੋਇਆ ਸੀਗਾ ਬੀਕਾਨੇ ਰਾਜਸਥਾਨ ਦੇ ਵਿੱਚ ਹੋਇਆ ਸੀ ਕਦੋਂ ਤੱਕ ਚੱਲੂਗਾ ਇਹ 5 ਮਾਰਚ ਤੱਕ ਚੱਲੂਗਾ ਕਰਤਾ ਚੱਲੂਗਾ 5 ਮਾਰਚ ਤੱਕ ਚੱਲੂਗਾ ਲੇਕਿਨ ਅਗਰ ਇਹ ਮੌਸਮ ਦੀ ਗੱਲ ਕਰੀਏ ਠੀਕ ਹੈ ਇਹ ਤਾਂ ਕਿਨੇ ਕਿਹੜੀ ਹੈ ਜੀ ਮਿਨਿਸਟਰੀ ਸੀ ਜਿਹਦੇ ਦੁਆਰਾ ਇਹਨੂੰ ਆਰਗੇਨਾਈਜ਼ ਕਰਾਇਆ ਗਿਆ ਤਾਂ ਪ੍ਰਿੰਕਲ ਕੀ ਆ ਜੂਗਾ ਮਿਨਿਸਟਰੀ ਆਫ ਕਲਚਰ ਦੁਆਰਾ ਇਹਨੂੰ ਕੀ ਕਰਾਇਆ ਗਿਆ ਸੀ ਆਰਗੇਨਾਈਜ਼ ਕਰਾਇਆ ਗਿਆ ਸੀ ਲੇਕਿਨ ਮਿਨਿਸਟਰੀ ਆਫ ਕੰਸਰਨਰ ਗਵਰਨਮੈਂਟ ਆਫ ਇੰਡੀਆ ਐਂਡ ਵੈਸਟਰਨ ਜ਼ੋਨ ਕਲਚਰ ਪਰ ਕੱਲ ਪਰਸੋ ਵੀ ਦੇਖਿਆ ਸੀ ਸੋਰੀ ਰਾਜਸਥਾਨ ਦੇ ਗਵਰਨਰ ਦੀ ਗੱਲ ਕਰੇ ਤਾਂ ਗੋਲ ਕੀ ਆ ਜੂਗਾ ਕਲਨਾਜ਼ ਮਿਸ਼ਰਾ ਠੀਕ ਹੈ ਉਹਨਾਂ ਦੇ ਨਾਲ ਨਾਲ ਆ ਇੱਕ ਨਾਮ ਜਿਹੜਾ ਆਪਾਂ ਕੱਲ ਵੀ ਰੱਖਿਆ ਸੀ ਯੂਨੀਅਨ ਮਿਨਿਸਟਰ ਸਟੇਟ ਕਲਚਰ ਕੌਨ ਅਰਜੁਨ ਧਾਮ ਮੈਗਵਾਲ ਠੀਕ ਹੈ ਇਹਨਾਂ ਦੋਨਾਂ ਨੇ ਮਿਲ ਕੇ ਕੀ ਕੀਤਾ ਸੀਗਾ ਇਹ ਜਿਹੜਾ ਫੈਸਟੀਵਲ ਸੀਗਾ ਸੋਰੀ ਮੌਸਮ ਸੀਗਾ ਇਹਨੂੰ ਕੀ ਕੀਤਾ ਸੀ ਇਨੋਗ੍ਰੇਟ ਕੀਤਾ ਸੀਗਾ ਹੁਣ ਇਹ ਫੈਸਟੀਵਲ ਦੇ ਵਿੱਚ ਹੋ ਹੁੰਦਾ ਕੀ ਹੈ ਅਲੱਗ-ਅਲੱਗ ਇੰਡੀਆ ਦੇ ਹਰ ਅਲੱਗ-ਅਲੱਗ ਰਾਜ ਤੋਂ ਮਤਲਬ ਕਿ ਆਣਗੇ ਇੱਕ ਕ્રાਫਟ ਫੇਅਰ ਲੱਗਦਾ ਜਿਹਦੇ ਵਿੱਚ ਵੇਰੀਅਸ ਐਗਜ਼ਿਬਿਸ਼ਨ ਹ ਆਰਟ ਜਾਂ ਜਿਹੜੇ ਆਰਟਿਸਟ ਹੁੰਦੇ ਆ ਉਹ ਆਪਣੀ ਸ਼ੋਕੇਸ ਚੀਜ਼ਾਂ ਕਰਦੇ ਆ ਠੀਕ ਹੈ ਉਹ ਸਾਰਾ ਕੁਝ ਉਰੇ ਹੁੰਦਾ ਹੈ ਠੀਕ ਹੈ ਡਿਫਰੈਂਟ ਸਟੇਪ ਆਪਣੇ ਟ੍ਰੈਡੀਸ਼ਨਲ ਕੋਸਟਿਮ ਦੇ ਵਿੱਚ ਆਣਗੇ ਉਰੇ ਠੀਕ ਹੈ ਟ੍ਰੈਡੀਸ਼ਨਲ ਕੋਸਟਿਮ ਨੂੰ ਕਾਫੀ ਜ਼ਿਆਦਾ ਫੇਮਸ ਕਰਨਗੇ ਮਤਲਬ ਕਹਿੰਦਾ ਮਤਲਬ ਕਿ ਕੀ ਉਹ ਹੀ ਚੀਜ਼ ਆ ਗਈ ਹੈਰਿਟੇਜ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਹਰ ਜਗ੍ਹਾ ਤੇ ਠੀਕ ਹੈ ਪ੍ਰਮੋਟ ਐਂਡ ਪਪੂਲਰਾਈਜ਼ ਦੀ ਰਿਚ ਕਲਚਰ ਕਲਚਰਲ ਹੈਰਿਟੇਜ ਆਫ ਦੀ ਕੰਟਰੀ ਜਿਹੜਾ ਕੰਟਰੀ ਦਾ ਰਿਚ ਕਲਚਰਲ ਹੈਰਿਟੇਜ ਆ ਉਹਨੂੰ ਸੰਭਾਲ ਕੇ ਰੱਖਣਾ in which district of Rajasthan the 14 rashtriya sanskriti mela is being organized aapne kol kiya juga kithe a juga bikaner de vich kithe bikaner de vich next dekho aapne kol kiya FATF cancel russia as membership ha ji FATF ne russia di membership cancel kar di ਉਨ FATF ਕੀਡੀ ਆਰਗੇਨਾਈਜੇਸ਼ਨ ਹੈ ਕੀ ਆਰਗੇਨਾਈਜੇਸ਼ਨ ਹੈ ਤੇਨੇ ਰਸ਼ੀਆ ਦੀ ਮੈਂਬਰਸ਼ਿਪ ਨੂੰ ਕਿਉ ਕੈਨਸਲ ਕੀਤਾ FATF ਦੀ ਗੱਲ ਕਰੀ ਤਾਂ FATF ਦਾ ਜਿਹੜਾ ਮੇਨ ਕੰਮ ਆ ਉਹ ਮੇਨ ਕੰਮ ਕੀ ਇੱਕ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜੇ ਕਿ ਕਰਦੀ ਹੈ ਜਿਹੜੀ ਕੰਪਨੀ ਸੌਰੀ ਕੰਟਰੀਆਂ ਦੀ ਮਤਲਬ ਜਿਹੜੀ ਮਨੀ ਹੈ ਉਹਨੂੰ ਟਰੈਕ ਕਰਦੀ ਹੈ ਵੀ ਉਹ ਕੋਈ ਵੀ ਕੰਟਰੀ ਮਨੀ ਲੌਂਡਰਿੰਗ ਤਾਂ ਨਹੀਂ ਕਰਦੀ ਉਸ ਤੋਂ ਬਾਅਦ ਮਨੀਰਾ ਜਿਹੜਾ ਗਲਤ ਯੂਸਤਾ ਨਹੀਂ ਕਰਦੀ ਟੈਲੀਸੈਂਡ ਦੇ ਪੱਖ ਤੋਂ ਤੁਹਾਨੂੰ ਯੂਸ ਕਰਦੀ ਤਾਂ ਉਹ ਚੀਜ਼ ਨੂੰ ਉਹ ਕੀ ਕਰਦੀ ਹੈ ਟਰੈਕ ਕਰ ਦਿਆ ਉਹ ਚੀਜ਼ ਨੂੰ ਉਹ ਦੇਖਦੀ ਹੈ ਠੀਕ ਹੈ ਹਾਂ ਬਾਹਰ ਕਰਦਣ ਦੇ ਪਿੱਛੇ ਰੀਜ਼ਨ ਕੀ ਸੀ ਜਿਹੜਾ ਰਸ਼ੀਆ ਨਾਲ ਜਿਹੜੀ ਵਾਰ ਚੱਲੀ ਸੀ ਦੀ ਯੂਕਰੇਨ ਦੀ ਦੋਨਾਂ ਦੀ ਠੀਕ ਹੈ ਉਹ ਇੱਕ ਰੀਜ਼ਨ ਸੀਗਾ ਜਿਹਦੇ ਕਰਕੇ ਇਸ ਨੂੰ ਇਸ ਟਾਸਕ ਫੋਰਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਠੀਕ ਹੈ ਜੀ ਓਇੰਗ ਟੂ ਰਸ਼ੀਆ ਵਾਰ ਓਕ ਬਿਲਕੁਲ ਗਲੋਬਲ ਫਾਈਨੈਂਸ਼ ਕਲੈਬਰੇਟ ਵਾਸ ਡੋਗ ਇਹਦੀ ਗੱਲ ਕਰ ਰਿਹਾ ਠੀਕ ਹੈ ਸਸਪੈਂਡਡ ਉਹਨਾਂ ਨੇ ਰਸ਼ੀਆ ਦੀ ਜਿਹੜੀ ਮੈਂਬਰਸ਼ਿਪ ਸੀ ਉਹਨਾਂ ਨੂੰ ਸਸਪੈਂਡ ਕਰਤਾ ਠੀਕ ਹੈ ਜਿਹੜੀ ਮੋਸਕੋ ਦੀ ਯੂਕਰੇਨ ਨਾਲ ਵਾਰ ਚੱਲਦੀ ਹੈ ਉਹ ਇਹਨਾਂ ਦੇ ਪ੍ਰਿੰਸੀਪਲ ਦੇ ਅਗੇਂਸਟ ਹੈ ਠੀਕ ਹੈ ਕੀ ਕਰ ਰਿਹਾ ਵਾਇਲੇਟਡ ਦੀ ਆਰਗੇਨਾਈਜੇਸ਼ਨਸ ਪ੍ਰਿੰਸੀਪਲ ਕਿਹੜੇ FATF ਦਾ ਜਿਹੜਾ ਆਰਗੇਨਾਈਜੇਸ਼ਨ ਜਿਹੜਾ ਉਹਦਾ ਪ੍ਰਿੰਸੀਪਲ ਹੈ ਉਹਨੂੰ ਹੀ ਵਾਇਲਟ ਕਰ ਰਿਹਾ ਜਿਹਦੇ ਕਰਕੇ ਉਹਨੂੰ ਇਹਦੇ ਚੋਂ ਬਾਹਰ ਕਰ ਦਿੱਤਾ ਗਿਆ ਹੁਣ FATF ਕੀ ਹੈ ਇੱਕ ਇੰਟਰਨੈਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ ਜਿਹਦੇ ਬਾਰੇ ਤੁਹਾਨੂੰ ਆਲਰੇਡੀ ਦੱਸਤਾ ਜਿਹੜਾ ਮੇਨ ਕੰਮ ਕੀ ਹੈ ਮਨੀ ਲੌਂਡਰਿੰਗ ਹੈ ਵੀ ਕੋਈ ਕੰਟਰੀ ਕਿਸੇ ਮਤਲਬ ਟੈਰਰਿਸਮ ਨੂੰ ਪੈਸੇ ਤਾਂ ਨਹੀਂ ਦੇ ਰਹੀ ਉਹਨੂੰ ਦੇਖਦੀ ਹੈ ਤੇ ਬਾਅਦ ਚੋਂ ਉਹਨੂੰ ਗ੍ਰੇ ਲਿਸਟ ਜਾਂ ਬਲੈਕ ਲਿਸਟ ਦੇ ਵਿੱਚ ਇਨਕਲੂਡ ਕਰ ਦਿੰਦੀ ਹੈ ਠੀਕ ਹੈ ਆ aim to promote the safety security and integrity of the global financial system ek kedi gal kar reha hai eh fatf di gal kar reha hai fatf da jehda main hai f a t f da jehda aim hai oh eh aim hai theek hai jehre against matlab russia da eh kuch action sige jis karke russia di membership nu ki karta bahar karta three countries are in black list kedi main bar afghan iran te afghanistan bilkul ji bilkul jehdi latest add hui hai oh kedi add hui hai main bar latest add hui hai 对吧？ FATF ਦੀ ਗੱਲ ਕਰੀਏ ਤਾਂ ਉਹਨੇ ਰੀਸੈਂਟਲੀ ਇੱਕ ਗ੍ਰੇ ਲਿਸਟ ਸੀ ਗ੍ਰੇ ਲਿਸਟ ਦੇ ਵਿੱਚ ਇੱਕ ਕੰਟਰੀ ਨੂੰ ਐਡ ਕੀਤਾ ਕਿਹੜੀ ਕੰਟਰੀ ਦੀ ਗੱਲ ਕਰ ਰਹੇ ਆ ਸਾਊਥ ਅਫਰੀਕਾ ਦੀ ਕੰਟਰੀ ਦੀ ਗੱਲ ਕਰ ਰਹੇ ਆ ਉਹ ਰੀਸੈਂਟਲੀ ਇਹਦੇ ਵਿੱਚ ਐਡ ਕੀਤਾ ਹੁਣ ਜੇ ਉਹਨਾਂ ਨੇ ਇੱਕ ਕੰਟਰੀ ਐਡ ਕੀਤੀ ਤਾਂ ਔਰੇ ਬਾਅਦ ਇੱਕ ਕੰਟਰੀ ਆਇਆ ਜਿਹ ਵੀ ਸੀ ਜਿਹਨੂੰ ਗ੍ਰੇ ਲਿਸਟ ਦੇ ਵਿੱਚੋਂ ਬਾਹਰ ਕੱਢਿਆ ਤੇ ਜਿਹੜੀ ਕੰਟਰੀ ਬਾਹਰ ਕੱਢੀ ਸੀ ਉਹ ਕਿਹੜੀ ਕੰਟਰੀ ਹੈ ਤਾਂ ਆਪਣੇ ਕੋਲ ਕੀ ਆ ਜੀ ਮੁਰਾਕੋ ਠੀਕ ਹੈ ਐਕਸਕਲੂਡਡ ਮੁਰਾਕੋ ਫਰਮ ਗ੍ਰੇ ਲਿਸਟ ਉਹਨੂੰ ਗ੍ਰੇ ਲਿਸਟ ਦੇ ਵਿੱਚੋਂ ਬਾਹਰ ਕਰ ਦਿੱਤਾ ਹੁਣ ਅਗਰ ਆਪਾਂ ਗੱਲ ਕਰੀਏ FATF ਦੀ ਤਾਂ FATF ਦੇ ਵਿੱਚ ठीक है आ कुछ उन्होंने लिस्ट है ठीक है यूक्रेन ए मैंबर नहीं है यूक्रेन मेंबर नहीं है इस चीज का ध्यान रखियो ठीक है भी हूँ ही क्डी है बाहर हाँ जी हाँ जी पाकिस्तान तो काफी देर होगी ठीक है ਰੀਸੈਂਟਲੀ FATF ਹੈ ਅਨਾਉਂਸ ਦੀ ਕੈਨਸਲੋ ਮੈਂਬਰਸ਼ਿਪ ਵਿਚ ਕੰਟਰੀਸ ਆਪਨੇ ਕੋ ਕੀ ਆ ਜੂਗਾ ਰਸ਼ੀਆ ਦੀ ਮੈਂਬਰਸ਼ਿਪ ਨੂੰ ਉਹਨਾਂ ਨੇ ਇੱਕ ਤਾਂ ਕੈਨਸਲ ਕੀਤਾ ਹਾਂਜੀ ਕੇਰਲਾਸ ਫਸਟ ਸਟੇ ਟੂ ਲਾਂਚ ਬੰਦੀ ਕੋ ਬੰਦੀ ਕੂਟ ਰੋਬਟ ਫੋਰ ਮੈਨਹੋਲ ਕਲੀਨਿੰਗ ਹਾਂਜੀ ਮੈਨਹੋਲ ਕਲੀਨਿੰਗ ਲਈ ਕੇਰਲਾ ਨੇ ਇੱਕ ਜਿਹੜਾ ਰੋਬਟ ਬਣਾਇਆ ਰੋਬਟ ਤਾਂ ਨਹੀਂ ਕਹੂੰਗਾ ਲੇਕਿਨ ਇੱਕ ਮਸ਼ੀਨ ਕਹੂੰਗਾ ਮਸ਼ੀਨ ਦਾ ਨਾਮ ਕੀ ਰੱਖਿਆ ਹੋਇਆ ਬੰਦੀ ਕੂਟ ਕੇ ਬੰਦੀ ਕੂਟ ਐਦੀ ਕਹਾਂਗੇ ਨਾ ਜਾਂ ਬੰਦੀ ਕੂਟ ਠੀਕ ਹੈ ਠੀਕ ਹੈ ਇੱਕ ਮਸ਼ੀਨ ਦਾ ਨਾਮ ਰੱਖਿਆ ਹੋਇਆ ਹੈ ਜਿਹੜੀ ਕੀ ਕਰਦੀ ਹੈ ਮੈਨ ਹੋਲ ਨੂੰ ਕਲੀਨ ਕਰਦੀ ਹੈ ਮੈਨ ਹੋਲ ਕੀ ਹੁੰਦਾ ਜਿਹੜੇ ਆਪਾਂ ਕਹਿੰਦੇ ਨੇ ਗਟਰ ਗੁੱਟਰ ਵਗੈਰੇ ਠੀਕ ਹੈ ਬਿਲਕੁਲ ਜੀ ਬਿਲਕੁਲ ਸੇਵੇਜ ਸੀਵਰੇਜਸ ਕਲੀਨਿੰਗ ਓਕੇ ਬਿਲਕੁਲ ਟੈਂਕ ਬਾਇਓਟਿ ਬਿਲਕੁਲ ਜੀ ਬਿਲਕੁਲ ਹਾਂ ਜੀ ਇਦੇ ਦੁਆਰਾ ਕੀਤਾ ਗਿਆ ਹੈ ਗੇਲਾ ਗਵਰਨਮੈਂਟ ਦੁਆਰਾ ਕੀਤਾ ਗਿਆ ਹੈ ਲੇਕਿਨ ਇੰਪੋਰਟੈਂਟ ਕੁਸ਼ਨ ਆਪਣੇ ਲਈ ਕੀ ਹੋਊਗਾ ਵੀ ਕਿਹਦੇ ਦੁਆਰਾ ਬਣਾਇਆ ਗਿਆ ਉਹ ਆਪਾਂ 1 ਮਿੰਟ ਦੇ ਵਿੱਚ ਪੜਾਂਗੇ ਠੀਕ ਹੈ ਵੀ ਕਿਹਦੇ ਦੁਆਰਾ ਬਣਾਇਆ ਗਿਆ ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਨਾਂ ਰੋਬਟ ਰੋਬੋਟ ਸੈਵੈਂਚਰਸ ਬੰਦੀ ਕੂਟ ਠੀਕ ਹੈ ਇੱਕ ਕਲੀਨ ਸੀਵਰੇਜ ਦਾ ਇੱਕ ਮਤਲਬ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਇਹ ਸੀਵਰੇਜ ਕਲੀਨ ਕਰਦੇ ਕਿਹੜੀ ਜਗ੍ਹਾ ਦੇ ਵਿੱਚ ਕਰਦੇ ਇਸ ਵਕਤ ਪ੍ਰੈਂਟਲੀ ਤਾਂ ਆਪਣੇ ਕੋਲ ਕਰ ਰਿਹਾ ਗੁਰੂ ਵਿਯਾਰ ਇਥੇ ਗੁਰੂ ਵਯਰ ਦੇ ਵਿੱਚ ਜਿਹੜਾ ਜਗਾ ਜੋ ਉਹਦੇ ਵਿੱਚ ਕਲੀਅਰ ਸਾਫ ਸਫਾਈ ਕਰ ਰਿਹਾ ਉਹ ਗੁਰੂ ਵਯਰ ਜਗਾ ਹੈ ਕਿਥੇ ਤਾਂ ਆਪਣੇ ਕੋਲ ਥੀਸਰ ਠੀਕ ਹੈ ਕੇਰਲਾ ਦੇ ਵਿੱਚ ਕਿ ਜਿਹੜੀ ਡਿਸਟ੍ਰਿਕਟ ਹੈ ਥੀਸਰ ਉਹਦੇ ਵਿੱਚ ਇੱਕ ਜਗਾ ਠੀਕ ਹੈ ਕਿਹੜੀ ਗੁਰੂ ਵਯਰ ਉਹਦੇ ਵਿੱਚ ਉਹ ਕਲੀਨਿੰਗ ਕਰ ਰਿਹਾ ਕਰੰਟਲੀ ਠੀਕ ਹੈ ਜੋ ਕਿ ਅ ਮਤਲਬ ਸਟੇਟ ਦਾ ਠੀਕ ਹੈ ਕੰਟਰੀ ਦੀ ਪਹਿਲੀ ਸਟੇਟ ਹੈ ਜਿਹਦੇ ਦੁਆਰਾ ਇੱਕ ਐਜੀ ਰੋਬਟ ਰੋਬੋਟਿਕ ਟੈਕਨੋਲੋਜੀ ਬਣਾਈ ਗਈ ਹੈ ਜਿਹੜੀ ਕੀ ਕਰਦੀ ਹੈ ਮੈਲ ਹੋਂ ਨੂੰ ਕਲੀਨ ਕਰਦੀ ਹੈ ਮਤਲਬ ਐਜੀ ਜਗ੍ਹਾ ਤੇ ਆਪਾਂ ਨੂੰ ਜਾਣਾ ਨਹੀਂ ਪਊਗਾ ਠੀਕ ਹੈ ਕਾਫੀ ਇੰਟਰਸਟਿੰਗ ਹੈ ਕਿਉਂਕਿ ਇਹਦੇ ਜਿਹੜੀ ਨੈਕਸਟ ਚੀਜ਼ ਆ ਤੁਸੀਂ ਦੇਖੋਗੇ ਕਾਫੀ ਵਧੀਆ ਨੇ ਕਿਉਂਕਿ ਇਹ ਬਹੁਤ ਵਧੀਆ ਵਧੀਆ ਚੀਜ਼ ਹੈ ਡਿਟੈਕਟ ਕਰਦੀ ਹੈ ਠੀਕ ਹੈ ਕਿੱਥੇ ਹੋ ਰਿਹਾ ਸੀ ਥੀਸਰ ਦੇ ਵਿੱਚ ਹੋ ਰਿਹਾ ਸੀ ਆਪਾਂ ਆਲਰੇਡੀ ਇਹ ਦੇਖ ਚੁੱਕੇ ਇੱਕ ਹੈ ਇੱਕ 100 ਦਿਨਾਂ ਦਾ ਗਵਰਨਮੈਂਟ ਐਕਸ਼ਨ ਪਲਾਨ ਚੱਲ ਰਿਹਾ ਜਿਹਦੇ ਵਿੱਚ ਕਲੀਨਿੰਗ ਹੋ ਰਹੀ ਹੈ ਠੀਕ ਹੈ ਰੋਬ ਜੋ ਕਿ ਹੈ ਕਿ ਕੀ ਕੰਪੋਨੈਂਟ ਆ ਕੀੜਾ ਇਜ਼ ਬੈਂਡੀਕੂਡ ਦਾ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਇਹਦੇ ਇੱਕ ਰੋਬੋਟਿਕ ਹੈਂਡਸ ਵੀ ਨੇ ਠੀਕ ਹੈ ਜਿਹਦੇ ਵਿੱਚ ਇਹ ਕਲੀਨ ਕਰ ਲੈਂਦੀ ਹੈ ਤੇ ਹੈਂਡਸ ਵੀ ਲਗਾਏ ਗਏ ਨੇ ਠੀਕ ਹੈ ਹਿਊਮਨ ਦੇ ਆਰਗਨਸ ਵਾਂਗ ਮਸ਼ੀਨ ਕੀ ਹੈ ਵਾਟਰ ਪ੍ਰੂਫ ਵੀ ਹੈ ਠੀਕ ਹੈ ਵਾਟਰ ਪ੍ਰੂਫ ਤੋਂ ਬਾਅਦ ਉਸ ਤੋਂ ਬਾਅਦ ਐਚਡੀ ਕੈਮਰਾ ਵਿਜ਼ਨ ਵੀ ਹੈ ਇਹਦੇ ਵਿੱਚ ਠੀਕ ਹੈ ਤੇ ਸਭ ਤੋਂ ਲਾਸਟ ਦੇ ਵਿੱਚ ਜੋ ਸਭ ਤੋਂ ਇੰਪੋਰਟੈਂਟ ਹੈ ਇਹਦੇ ਵਿੱਚ ਸੈਂਸਰ ਨੇ ਜੋ ਡਿਟੈਕਟ ਕੀ ਕਰ ਸਕਦੇ ਨੇ ਕੀ ਹਾਰਮਫੁਲ ਗੈਸਿਸ ਉਹ ਹਾਰਮਫੁਲ ਗੈਸਿਸ ਡਿਟੈਕਟ ਕਰ ਸਕਦੇ ਜਿਹੜੀ ਹਿਊਮਨ ਲਈ ਖਤਰਨਾਕ ਨੇ ਠੀਕ ਹੈ ਤਾਂ ਉਹ ਵਾਲੀ ਜਗ੍ਹਾ ਤੇ ਜਾ ਕੇ ਵੀ ਇਹ इजीली ਕਲੀਨ ਕਰ ਸਕਦਾ ਹੈ विद द मैनी विद द मैनी सेंसर बिल्कुल ही बिल्कुल ठीक है किदे द्वारा डेवलप ਕੀਤਾ ਗਿਆ ਇੱਕ ਕੇਲਾ ਪੇਸਟ ਜੈਨ ਰੋਬੋਟਿਕਸ ਇੱਕ ਕੰਪਨੀ ਹੈ ਜਿਹਦੇ ਦੁਆਰਾ ਡਵੈਲਪ ਕੀਤਾ ਗਿਆ ਠੀਕ ਹੈ ਉਹਨਾਂ ਦੁਆਰਾ ਕੇਲਾ ਪ੍ਰਾਈਟ ਵੀ ਇੱਕ ਜਿਹੜਾ ਇਨਾਮ ਹੈ ਉਹ ਵੀ ਜਿੱਤਿਆ ਗਿਆ ਠੀਕ ਹੈ ਕਿੱਥੇ ਜਿੱਤਿਆ ਸੀਗਾ ਉਹਨਾਂ ਨੇ ਜਿੱਤਿਆ ਸੀਗਾ ਹਰਡਲ ਗਲੋਬਲ 2022 ਕੌਂਕਲੇਵ ਦੇ ਵਿੱਚ ਜਿੱਤਿਆ ਗਿਆ ਸੀ ਜਿਹੜੀ ਕਿਦੇ ਦੁਆਰਾ ਆਰਗੇਨਾਈਜ਼ ਕੀਤੀ ਗਈ ਸੀ ਤਾਂ ਆਪਣੇ ਕੋਲ ਕੀ ਆ ਜੂਗਾ ਕੇਐਸਯੂਐਮ ਦੁਆਰਾ ਆਰਗੇਨਾਈਜ਼ ਕੀਤੀ ਗਈ ਕੇਲਾ 스타ਟਅਪ ਮਿਸ਼ਨ ਦੁਆਰਾ ਆਰਗੇਨਾਈਜ਼ ਕੀਤੀ ਗਈ ਸੀ ਠੀਕ ਹੈ ਜੀ ਹੁਣ ਜੈਂਟੇ ਕਿ ਰੋਬੋਟਿਕਸ ਦੀ ਗੱਲ ਕਰੀਏ ਤਾਂ ਇੱਕ ਕੀ ਹੈ ਟੈਕਨੋਪਾਰਕ ਕੰਪਨੀ ਆ ਜਿਹਨੇ ਜਿਹਨੇ ਵਾਰਲਡ ਦਾ ਸਭ ਤੋਂ ਪਹਿਲਾ ਸੈਵੈਂਜਰ ਬਣਾਇਆ ਗਿਆ ਸੀਗਾ ਠੀਕ ਹੈ ਜੋ ਕਲੀਨਿਕ ਕਰ ਰਹੇ ਸੀਗੇ ਠੀਕ ਹੈ ਜੋ ਇਰਸੈਲ ਕਾਫੀ ਹੈਲਪ ਕਰ ਸਕਦਾ ਠੀਕ ਹੈ ਕਰੰਟਲੀ ਗੱਲ ਕਰੀਏ ਇਹ ਪੁਆਇੰਟ ਆਪਣੇ ਲਈ ਇੰਪੋਰਟੈਂਟ ਹੋ ਸਕਦਾ ਹੈ ਘੱਟੋ ਘੱਟ ਹੁਣ 17 ਸਿਟੀਜ਼ ਦੇ ਵਿੱਚ ਸੌਰੀ ਕਈ ਸਿਟੀਜ਼ ਦੇ ਵਿੱਚ ਕੰਮ ਕਰ ਰਿਹਾ ਜੋ 17 ਰਾਜ ਦੇ ਵਿਚਾਲੇ ਇਵਨ ਕਿ ਤਿੰਨ ਯੂਟੀਆਂ ਦੇ ਵਿੱਚ ਵੀ ਇਹ ਮਸ਼ੀਨ ਯੂਜ਼ ਹੋ ਰਹੀ ਹੈ ਸੇਮ ਦੀ ਸੇਮ ਓਕੇ रिसेंटली विच इज़ द फर्स्ट स्टेट टू लॉन्च बेंडीकूट रॉबर्ट फॉर मैनहोल क्लीनिंग तो अपने को आजगी कि द्वारा की गई है केरला द्वारा की गई है किरे द्वारा केरला द्वारा नमस्ते इनिशिएटिव हाँ जी पिछले साल ही शुरू नमस्ते काफी दूर सी, सी हो दी। नमस्ते इनिशिएटिव काफ़ी जरूर जरूरत सी है नमस्ते इनिशिएटिव बहुत जरूरत इंडिया इंडिया ज्वाइंस द एग्रीकल्चर इनोवेशन मिशन फॉर द कलाइमेट फॉर द कलाइमेट स्मार्ट एग्रीकल्चर एंड फूड सिक्योरिटी इनोवेशन हूँ थोन उ दिख रहा होगा कुछ लिखा हुआ ਠੀਕ ਆ ਇਸ ਚੀਜ਼ ਤੇ ਫੋਕਸ ਕਰਾਂਗੇ ਠੀਕ ਆ ਕਿਉਂਕਿ ਉਹ ਇਹਦੇ ਪਾਰਟ ਵੀ ਸੀਗੇ ਹੁਣ ਕੀ ਹੋਇਆ ਇੱਕ ਅੰਡੀਆਂ ਦੁਆਰਾ ਕੀ ਕੀਤਾ ਗਿਆ ਇੱਕ ਗਲੋਬਲ ਪਲੇਟਫਾਰਮ ਦੇ ਵਿੱਚ ਮਤਲਬ ਜੁੜਿਆ ਹੋ ਠੀਕ ਆ ਕਿਹਦੇ ਨਾਲ ਜੁੜਿਆ ਯੂਐਸ ਤੇ ਯੂਏਈ ਦੇ ਨਾਲ ਜੁੜਿਆ ਹੁਣ ਯੂਐਸ ਤੇ ਯੂਏਈ ਦੇ ਨਾਲ ਕਿਉਂ ਜੁੜਿਆ ਠੀਕ ਹੈ ਯੂਐਸ ਆਪਣੇ ਕੋਲ ਕੀ ਆ ਗਿਆ ਯੂਨਾਈਟਿਡ ਸਟੇਟ ਯੂਏ ਦੀ ਗੱਲ ਕਰੀ ਤਾਂ ਐਮੀਰੇਟਸ ਆ ਗਏ ਉਹਨਾਂ ਨਾਲ ਇੰਡੀਆ ਜੁੜਿਆ ਠੀਕ ਹੈ ਹੁਣ ਦੋ ਯੂ ਆ ਗਏ ਤਾਂ ਦੋ ਆਈ ਵੀ ਹੋਣੇ ਚਾਹੀਦੇ ਸੀ ਇਹ ਜ਼ਰੂਰੀ ਹੈ ਕਿ ਹੋਣੇ ਚਾਹੀਦੇ ਸੀ ਕਿ ਨਹੀਂ ਹੋਣੇ ਚਾਹੀਦੇ ਸੀ ਬਿਲਕੁਲ ਆਈ ਟੂ ਯੂ ਟੂ ਦੀ ਆਪਾਂ ਗੱਲ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਸਹੀ ਠੀਕ ਹੈ ਠੀਕ ਹੈ ਹੁਣ ਗਲੋਬਲ ਪਲੇਟਫਾਰਮ ਦੇ ਵਿੱਚ ਹੱਥ ਜੋੜਲੇ ਠੀਕ ਹੈ ਇੰਡੀਆ ਨੇ ਮਤਲਬ ਹੱਥ ਜੋੜਨ ਦਾ ਮਤਲਬ ਐਦਾਂ ਨਹੀਂ ਉਹ ਵੀ ਸਾਡੇ ਤੋਂ ਨਹੀਂ ਹੋਣਾ ਮਤਲਬ ਬਾਕੀ ਯਾਰ ਕੰਟਰੀਜ਼ ਦੇ ਨਾਲ ਉਹਨਾਂ ਨੇ ਹੱਥ ਜੋੜਿਆ ਕੀ ਸੋਚ ਕੇ ਵੀ ਉਹ ਕੀ ਕਰਨਗੇ ਐਥਲੀਟ ਕਰਨਗੇ ਆਪਣੀ ਇਨਵੈਸਟਮੈਂਟ ਨੂੰ ਤਾਂ ਕਿ ਉਹ سپورਟ ਕਰ ਸਕਣ ਕਲਾਈਮੇਟ 스마트 ਐਗਰੀਕਲਚਰ ਅਕੇ ਕਰ ਸਕਣ ਕਲਾਈਮੇਟ 스마트 ਐਗਰੀਕਲਚਰ ਤੋਂ ਉਸੇ ਕੀ ਆਈਡੀਆ ਲਗਾ ਸਕਦੇ ਹਾਂ ਜਿਹੜਾ ਆਪਾਂ ਪਿੱਛੇ ਰੀਸੈਂਟਲੀ ਕੁਝ ਦਿਨ ਪੜ੍ਹ ਕੇ اٹੀਆਂ ਵੀ ਇੱਕ ਉਨਾਮੀ ਵੀਟ ਡਿਜ਼ਾਈਨ ਕੀਤੀ ਗਈ ਸੀ ਨਾ 3385 ਠੀਕ ਹੈ ਜਿਹਦਾ ਨਾਮ 3385 ਸੀਗਾ ਉਹ ਮਤਲਬ ਕੀ ਸੀ ਕਲਾਈਮੇਟ ਚੇਂਜ ਨੂੰ ਦੇਖ ਕੇ ਵੀਟ ਬਣਾਈ ਗਈ ਸੀ ਤਾਂ ਉਸ ਤਰੀਕੇ ਨਾਲ ਹੀ ਕਲਾਈਮੇਟ ਚੇਂਜ ਨੂੰ ਦੇਖ ਕੇ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਜਾਦੀ ਹੈ ਠੀਕ ਹੈ ਤਾਂ ਕਿ ਆਪਾਂ ਉਹਨੂੰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਵਧੀਆ ਇੰਪਰੂਵ ਕਰ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਕਰਕੇ ਇੰਡੀਆ ਨੇ I2U2 ਦੇ I2U2 ਦਾ ਜਿਹੜਾ ਇਹ ਇਨੀਸ਼ੀਏਟਿਵ ਸੀਗਾ ਉਹਦੇ ਨਾਲ ਹੱਥ ਜੋੜਿਆ ਮਤਲਬ ਮਿਲ ਗਏ ਉਹਨਾਂ ਨਾਲ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਕਿਨੂੰ AIM4C ਏਮ ਫੋਰ ਸੀ ਕੀ ਆ ਗਿਆ ਆਪਾਂ ਅੱਗੇ ਵੀ ਪੜਾਂਗੇ ਵੈਸੇ ਇੱਕ ਐਗਰੀਕਲਚਰ ਇਨੋਵੇਸ਼ਨ ਮਿਸ਼ਨ ਆ ਕਿਰੇ ਕਰਕੇ ਫੋਰ ਜਿਹੜਾ ਫੋਰ ਲਿਖਿਆ ਉਸ ਤੋਂ ਬਾਅਦ ਸੀ ਐਸ ਸੀ ਦਾ ਮਤਲਬ ਕੀ ਹੈ ਕਲਾਈਮੇਟ ਠੀਕ ਹੈ ਫੋਰ ਕਲਾਈਮੇਟ ਇੱਕ ਏਮ ਹੈ ਕਿਰੇ ਲਈ ਕਲਾਈਮੇਟ ਲਈ ਹੈ ਠੀਕ ਹੈ ਜੀ ਸਾਈਡਲਾਈਨ ਕੀ ਹੈ ਆਈ ਟੂ ਯੂ ਟੂ ਜਿਹਦੇ ਵਿੱਚ ਆ ਸਾਰੀ ਕੰਟਰੀਸ ਨੇ ਠੀਕ ਹੈ ਬਿਜ਼ਨਸ ਫਾਰਮ ਇਨ ਆਬੂ ਦੁਬਈ ਕਿੱਥੇ ਕੀਤਾ ਗਿਆ ਸੀ ਆਬੂ ਦੁਬਈ ਦੇ ਵਿੱਚ ਇਹ ਫਾਰਮ ਹੈ ਜਿਹੜਾ ਸਾਈਨ ਕੀਤਾ ਗਿਆ ਸੀ ਹੁਣ ਐਗਰੀਕਲਚਰ ਇਨੋਵੇਸ਼ਨ ਮਿਸ਼ਨ ਫੋਰ ਕਲਾਈਮੇਟ ਏਮ ਫੋਰ ਯੂ ਏਮ ਫੋਰ ਸੀ ਸੌਰੀ आ लिखा ही होम फोर सी कदों शुरू किया गया से नवंबर दो हज़ार इक्कीन जलों शुरू किया गया सर दोट्र द्वारा शुरू किया गया से, से, से। उर लिखे ना बोथ कंट्र बोथ कंट्र मतलब है कि दो कंट्रीज़ द्वारा शुरू किया गया से हूँ दोट्र कि अपने को आजगा यूएसए एंड यू ई कि द्वारा यूएसए एंड यू ई द्वारा यह चीज़ शुरू की गई थ जिदे हूँ इंडिया एड हो चुके मतलब अजे तीन ऐड हो चुके हैं इसराइल का हजे कुछ कन्फर्म नहीं है ठीक है ਆ ਗਲੋਬਲ ਹੰਗਰ ਨੂੰ ਖਤਮ ਕਰਨ ਲਈ ਠੀਕ ਹੈ سپورਟ ਫੋਰ ਦੀ ਕਲਾਈਮੇਟ ਅਗਲੇ 5 ਸਾਲਾਂ ਤੱਕ ਕਿਤੇ ਅਗਲੇ 5 ਸਾਲਾਂ ਦਾ ਕਲਾਈਮੇਟ ਹੈ ਨਾ ਕੋ ਪਲਾਨ ਸੀਗਾ سپورਟ ਫੋਰ ਦੀ ਸਮਾਰਟ ਐਗਰੀਕਲਚਰ ਐਂਡ ਫੂਡ ਸਿਸਟਮ ਇਨੋਵੇਸ਼ਨ ਫੋਰ ਓਵਰ 5 ইয়ারਸ 2021 ਤੋਂ ਸ਼ੁਰੂ ਹੋਇਆ ਸੀ ਤੇ 2025 ਤੱਕ ਇਹ ਚੱਲ ਰਿਹਾ ਠੀਕ ਹੈ 25 ਰਕਦਾ ਇਹ ਪਲਾਨ ਹੈ ਓਕੇ ਜੀ रीसेंटली इंडिया हैज ज्वाइंट एग्रीकल्चर इनोवेशन मिशन फॉर कलाइमेट विच हैज़ बिन अस्टैबलिश बाई कि द्वारा एसटैबलिश किया A &B, गया दोन द्वारा असटैबलिश किया गया अमेरिका तो यू ए अपने को आएगा बोथ ए एंड बी दो ही द्वारा की किया गया असटैबलिश किया गया नैक्सट देखो राजीव रघुवंशी अपॉइंटड एज द न्यू ड्रंक कंट्रोलर जनरल ऑफ इंडिया ਨਿਊ ਡਰਗ ਕੰਟਰੋਲਰ ਜਨਰਲ ਨੂੰ ਅਪਾਇੰਟ ਕੀਤਾ ਗਿਆ ਕੀ ਨਾਮਾ ਉਹਨਾਂ ਦਾ ਰਾਜੀਵ ਰਘੂਵanshi ਉਹਨਾਂ ਦਾ ਨਾਮ ਹੈ ਠੀਕ ਹੈ ਜੀ ओके ਹੁਣ ਲਗੂ ਵੈਸੇ ਜ਼ਿਆਦਾ ਕੁਝ ਨਹੀਂ ਅਪਾਇੰਟਮੈਂਟ ਦੇ ਵਿੱਚ ਸਿਰਫ ਇੱਕ ਛੋਟੀ ਜਿਹੀ ਅਪਾਇੰਟਮੈਂਟ ਹੈ ਠੀਕ ਹੈ ਰਾਜੀਵ ਸਿੰਘ ਰਗੂਵਸ਼ੀ ਨੂੰ ਅਪਾਇੰਟ ਕੀਤਾ ਗਿਆ ਨਿਊ ਡਰਗ ਕੰਟਰੋਲਰ ਦੀ ਪੋਜੀਸ਼ਨ ਤੇ ਜਿਹੜੇ 28 ਫਰਵਰੀ ਨੂੰ ਆਪਣੀ ਪੋਜੀਸ਼ਨ ਤੇ ਬੈਠ ਚੁੱਕੇ ਸੀ ਮਤਲਬ ਕੱਲ ਠੀਕ ਹੈ ਉਹਨਾਂ ਨੇ ਕਿਹਨੂੰ ਰਿਪਲੇਸ ਕੀਤਾ ਰਿਪਲੇਸ ਕੀਤਾ ਤਾਂ ਆਪਣੇ ਕੋਲ ਕੀ ਹੈ ਡਾਕਟਰ ਵੀਜੀ ਸੋਮਾਨੀ ਨੂੰ ਉਹਨਾਂ ਨੇ ਰਿਪਲੇਸ ਕੀਤਾ ਠੀਕ ਹੈ ਡੀਸੀਜੀਆਈ ਦੀ ਗੱਲ ਕਰੀ ਤਾਂ ਡੀਸੀਜੀਆਈ ਕੀ ਹੈ ਉਹ ਹੈਡ ਕਰਦੀ ਹੈ ਕਿਸ ਚੀਜ਼ ਨੂੰ ਹੈਡ ਕਰਦੀ ਹੈ ਜਿਹੜਾ ਆਪਣੇ ਕੋਲ ਆ ਲੋਗੋ ਲੱਗਾ ਹੋਇਆ ਸੀ ਨਾ CDSCO ਤਾਂ ਉਹੀ ਆ ਜੂਗਾ CDSCO ਕੀ ਹੈ ਸੈਂਟਰਲ ਡਰਗਸ ਸਟੈਂਡਰਡਸ ਕੰਟਰੋਲ ਆਰਗੇਨਾਈਜੇਸ਼ਨ ਇਸ ਜੀ ਨੂੰ ਹੈਡ ਕਰਦੀ ਹੈ ਜਿਹਦੇ ਵਿੱਚ ਜਿਹੜੇ ਵੀ ਡਰਗਸ ਇੰਡੀਆ ਦੇ ਵਿੱਚ ਬਣ ਰਿਹਾ ਉਹਨਾਂ ਦੀ ਸਪੈਸੀਫਿਕੇਸ਼ਨ ਨੂੰ ਕੰਟਰੋਲ ਕਰਦੀ ਹੈ ਨਵੇਂ ਜਿਹੜੇ ਡਰਗਸ ਆ ਰਹੇ ਉਹਨਾਂ ਨੂੰ ਅਪਰੂਵਲ ਦੇਣੀ ਹੈ ਕਿ ਨਹੀਂ ਦੇਣੀ ਉਹ ਸਾਰੇ ਅੰਡਰ ਆ ਜਾਂਦਾ ਹੈ ਉਹ DCGI ਦੇ ਅੰਡਰ ਹੀ ਆ ਜਾਂਦੀ ਹੈ ਇਹ ਸਾਦੀ ਚੀਜ਼ ਹੈ ਹੂ ਹੈਜ਼ ਬੀਨ ਰੀਸੈਂਟਲੀ ਅਪਾਇੰਟਡ ਐਜ਼ ði ਨਿਊ ਡਰਗ ਕੰਟਰੋਲਰ ਆਫ ਇੰਡੀਆ ਤਾਂ ਆਪਣੇ ਕੋਲ ਕੀ ਆ ਜੂਗਾ ਰਾਜੀਵ ਰਗੂਵੰਸ਼ੀ ਅਪਾਇੰਟ ਹੋਏ ਨੇ SS Rajamouli RRR wins best international film award at HCA HCA ਦੇ ਵਿੱਚ RRR ਨੂੰ ਇੱਕ ਹੋਰ ਫਿਲਮ ਦਾ ਅਵਾਰਡ ਮਿਲਿਆ ਹੋਇਆ ਸੌਰੀ RRR ਨੂੰ ਇੱਕ ਹੋਰ ਅਵਾਰਡ ਮਿਲਿਆ ਕਿਹੜਾ ਅਵਾਰਡ ਮਿਲਿਆ ਤਾਂ ਆਪਣੇ ਕੋਲ ਕੀ ਹੋ ਗਿਆ ਬੈਸਟ ਇੰਟਰਨੈਸ਼ਨਲ ਫਿਲਮ ਦਾ ਉਹਨਾਂ ਨੂੰ ਅਵਾਰਡ ਮਿਲਿਆ ਬਿਲਕੁਲ ਬੈਸਟ ਇੰਟਰਨੈਸ਼ਨਲ ਫਿਲਮ ਦਾ ਅਵਾਰਡ ਠੀਕ ਹੈ ਕਿੱਥੇ ਮਿਲਿਆ HCA ਦੀ HCA ਕੀ ਹੈ ਆਪਣੇ ਕੋਲ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਫਿਲਮ ਅਵਾਰਡ ਹੈ HCA ਠੀਕ ਹੈ ਜਿਹੜੀ ਉਹਨਾਂ ਦੀ ਫਿਲਮ ਜਿਹੜੀ RR ਫਿਲਮ ਸੀ ਕਿਹੜਾ ਅਵਾਰਡ ਮਿਲਿਆ ਬੈਸਟ ਇੰਟਰਨੈਸ਼ਨਲ ਫਿਲਮ ਦਾ ਅਵਾਰਡ ਮਿਲਿਆ ਬੈਸਟ ਇੰਟਰਨੈਸ਼ਨਲ ਫਿਲਮ ਦਾ ਅਵਾਰਡ ਮਿਲਿਆ ਲੇਕਿਨ ਬੈਸਟ ਇੰਟਰਨੈਸ਼ਨਲ ਫਿਲਮ ਦੇ ਅਵਾਰਡ ਤੋਂ ਜਿੱਤਣ ਤੋਂ ਪਹਿਲਾਂ ਉਹਨਾਂ ਨੂੰ ਤਿੰਨ ਅਵਾਰਡ ਹੋਰ ਮਿਲ ਚੁੱਕੇ ਸੀ ਕਿਹੜਾ ਬੈਸਟ ਐਕਸ਼ਨ ਫਿਲਮ ਬੈਸਟ ਸਟਾਰਸ ਬੈਸਟ オリジナル Song ਇਹ ਮਤਲਬ ਤਿੰਨ ਅਵਾਰਡਸ ਉਹਨਾਂ ਨੂੰ ਆਲਰੇਡੀ ਮਿਲ ਚੁੱਕੇ ਸੀ ਮਤਲਬ ਆਪਾਂ ਗੱਲ ਕਰੀਏ ਤਾਂ HCA ਦੇ ਵਿੱਚ ਟੋਟਲ ਕਿੰਨੇ ਅਵਾਰਡ ਮਿਲਿਆ RR ਨੂੰ ਤਾਂ ਆਪਣੇ ਕੋਲ ਕੀ ਆ ਜਾਊਗਾ ਚਾਰ ਅਵਾਰਡ ਮਿਲਿਆ ਕਿੰਨੂੰ RR ਨੂੰ ਠੀਕ ਹੈ ਉਹ ਉਹਨਾਂ ਨੇ ਅੱਗੇ ਮਤਲਬ ਓਸਕਰ ਨੂੰ ਵੀ ਮਤਲਬ ਓਸਕਰ ਦਾ ਕੋਈ ਫੰਕਸ਼ਨ ਹੋਣਾ ਹੈ ਠੀਕ ਹੈ ਉੱਥੇ ਵੀ ਉਹ ਵੇਟ ਕਰ ਰਿਹਾ ਜਿਹਦੇ ਵਿੱਚ 나ਥੂ 나ਥੂ ਜਿਹੜਾ ਉਹਨਾਂ ਦਾ Song ਹੈ ਉਹ ਨੋਮੀਨੇਟ ਹੋਇਆ ਹੈ ਕਿੱਥੇ ਔਸਕਰ ਦੇ ਵਿੱਚ ਜਿਹਦੇ ਕਰਕੇ ਹਜੇ ਉਹ ਅਮਰੀਕਾ ਦੇ ਵਿੱਚ ਹੀ ਬੈਠਿਆ ਠੀਕ ਹੈ ਸਾਰੀ ਦੀ ਸਾਰੀ ਟੀਮ ਅ ਜਨੂਅਰੀ ਦੀ ਗੱਲ ਕਰੀ ਤਾਂ ਨਾਥੋ ਨਾਥੋ Song ਨੂੰ ਕੀ ਮਿਲਿਆ ਸੀ ਗੋਲਡਨ ਗਲੋਬ ਦਾ ਇੱਕ ਅਵਾਰਡ ਜਿੱਤਿਆ ਗਿਆ ਸੀ ਕਦਰ ਲਈ ਬੈਸਟ オリジナル Song ਦੇ ਵਿੱਚ ਜੋ ਕਿਹੜੀ ਕੈਟਾਗਰੀ ਦੇ ਵਿੱਚ ਅੰਡਰ ਆ ਰਿਹਾ ਸੀਗਾ ਬੈਸਟ オリジナル Song ਦੀ ਕੈਟਾਗਰੀ ਦੇ ਅੰਡਰ ਕੈਟਾਗਰੀ ਦਾ ਨਾਮ ਹੀ ਇਹ ਸੀਗਾ ਠੀਕ ਹੈ ਆਰ ਆ ਨੂੰ ਦੋ ਹੋਰ ਅਵਾਰਡ ਜਿੱਤੇ ਹੋਏ ਸੀ ਕਿੱਥੇ 28th ਐਡੀਸ਼ਨ ਆਫ ਕ੍ਰਿਟਿਕਸ ਚੋਇਸ ਅਵਾਰਡ ਦੇ ਵਿੱਚ ਦੋ ਅਵਾਰਡ ਉਹਨਾਂ ਨੇ ਹੋਰ ਜਿੱਤੇ ਹੋਏ ਨੇ ਠੀਕ ਹੈ ਅ ਕ੍ਰਿਟਿਕਸ ਚੁਆਇਸ ਅਵਾਰਡ ਫॉर ਦੀ ਬੈਸਟ ਲਿਰਿਕਸ ਫॉर ਦੀ ਸਟੈਕ ਨਾਥੂ 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 ਕਰਕੇ ਉਹਨਾਂ ਨੂੰ ਬੈਸਟ ਕ੍ਰਿਟਿਕਸ ਦਾ ਜਿਹੜਾ ਲਿਰਿਕਸ ਦਾ ਅਵਾਰਡ ਆ ਉਹ ਵੀ ਇਹਨਾਂ ਨੂੰ ਮਿਲਿਆ ਸੀਗਾ ਦੀ ਕ੍ਰਿਟਿਕਸ ਚੁਆਇਸ ਅਵਾਰਡ ਫॉर ਬੈਸਟ ਫੋਰਨ ਲੈਂਗੁਏਜ ਫਿਲਮ ਦਾ ਅਵਾਰਡ ਵੀ ਇਹਨਾਂ ਨੂੰ ਮਿਲਿਆ ਸੀ ਕਿੱਥੇ ਸੀ ਜੋ ਕਿੱਥੇ ਸੀ ਲੈਂਗੁਏਜ ਦੇ ਵਿੱਚ ਸੀਗਾ ਸੌਰੀ ਸੌਰੀ ਲਾਸ ਐਂਜਲਸ ਦੇ ਵਿੱਚ ਮੈਂ ਲੈਂਗੁਏਜ ਕਹਿੰਦਾ ਲਾਸ ਐਂਜਲਸ ਆਰ ਆਰ ਮੂਵੀ ਦੇਖੀ ਹੋਗੀ ਤੁਸੀਂ ਸਾਰੇ ਨੇ ਵਿਚ ਵਰਡ ਹੈਸ ਬੀਨ ਵੋਨ ਬਾਈ ਐਸ ਐਸ ਰਾਜਮੋਲੀਸ ਆਰ ਆਰ ਆ ਰੀਸੈਂਟਲੀ ਤਾਂ ਆਪਰੇਪਲ ਕੀ ਆਜੂਗਾ ਬੈਸਟ ਇੰਟਰਨੈਸ਼ਨਲ ਫਿਲਮ ਦਾ ਅਵਾਰਡ ਮਿਲਿਆ ਕਿਹੜੀ ਬੈਸਟ ਇੰਟਰਨੈਸ਼ਨਲ ਫਿਲਮ ਦਾ ਅਵਾਰਡ ਮਿਲਿਆ ਹੈ ਇਨਨ ਰੀਸੈਂਟਲੀ ਸਰ ਜੀ ਆਰ ਆਰ ਨੂੰ ਇੰਟਰਨੈਸ਼ਨਲ ਡੀ ਐਸ ਪੀ ਅਵਾਰਡ ਵੀ ਮਿਲਿਆ ਜੀ ਇਹ ਮੂੰਹ ਲਟਕਾਇਆ ਕਿਉਂ ਹੈ ਹੱਥ ਕਿਉਂ ਜੋੜਿਆ ਪਹਿਲਾਂ ਮੈਨੂੰ ਇਹ ਦੱਸ बिल्कुल दादा साहब के बोर्ड बारे आप पिछे भी पढ़े ना हम्म अच्छा जी रजिंदर मैं स्पीच नहीं सुनी चलो कोई गल नहीं नेक्स्ट देखो अपने को जेम्स वैब स्पेस टैलीस्कोप डिस्कवर सिक्स जायंट गलैक्सिस छे व्य गलैक्सिस डिस्कवर कितिया गई हैं कि द्वारा जब जे ए जे डब्ल्यू एस टी जेम्स वैब स्टेट स्पेस टैलीस्कोप द्वारा छे जायट गलैक्सिस जीडिया वह डिस्कवर कीतिया गई ने ठीक है ਫਾਰਮਡ ਅਬਾਊਟ ਕਦੋਂ ਫਾਰਮ ਹੋਈਆਂ ਸੀ 500 700 ਮਿਲੀਅਨ ইয়ারਸ ਪਹਿਲਾਂ ਦੀ ਗੱਲ ਕਰ ਰਹੇ ਆ ਠੀਕ ਆ ਕਿਤੋਂ ਬਾਅਦ ਬੈਂਕ ਬਿਗ ਬੈਂਕ ਇਵੈਂਟ ਤੋਂ ਬਾਅਦ ਬਿਗ ਬੈਂਕ ਇਵੈਂਟ ਤੋਂ ਬਾਅਦ ਇਹ ਕਿਵੇਂ ਸੀਗੀਆਂ ਮਤਲਬ ਬਨਿਆ ਸੀਗੀਆਂ ਗੈਲੈਕਸੀਜ਼ ਬਨਿਆ ਸੀਗੀਆਂ ਠੀਕ ਆ ਅ ਜਿਹੜਾ ਡਿਸਕਵਰ ਕੀਤੀਆਂ ਗਈਆਂ ਇਹ 6 ਮੈਸਿਵ ਗੈਲੈਕਸੀਜ਼ ਕਿਹਦੀ ਹੈਲਪ ਨਾਲ ਡਿਸਕਵਰ ਕੀਤੀਆਂ ਗਈ ਹੈ ਜੇਮਸ ਵੈਬ ਸਪੇਸ ਟੈਲੀਸਕੋਪ ਦਾ ਕੌਸਮਿਕ ਇਵੋਲੂਸ਼ਨ अर्ली 44 ਰੀਲੀਜ਼ ਪ੍ਰੋਗਰਾਮ ਕਿਰੇ ਇਧੇ ਥਰੂ ਨਾਲ ਇਹ ਕੀ ਕੀਤਾ ਗਈਆਂ ਡਿਸਕਵਰ ਕੀਤੀਆਂ ਗਈਆਂ ਕੌਸਮਿਕ ਇਵੋਲੂਸ਼ਨ अर्ली 44 ਰੀਲੀਜ਼ ਸਪੇਸ ਪ੍ਰੋਗਰਾਮ ਦੇ ਹੈਲਪ ਦੇ ਥਰੂ ਇਹ ਡਿਸਕਵਰ ਕੀਤੀਆਂ ਗਈਆਂ ਨੇ ਠੀਕ ਹੈ ਰਿਜ਼ਲਟ ਇੰਟਰਨੈਸ਼ਨਲ ਕੋਲਾਬੋਰੇਸ਼ਨ ਹੁਣ ਅਗਰ ਆਪਾਂ ਇਸ ਟੈਲੀਸਕੋਪ ਦੀ ਗੱਲ ਕਰੀਏ ਤਾਂ ਇਹ ਕੀ ਇੱਕ ਮਤਲਬ ਪ੍ਰੋਪਰ ਹੈ ਇੱਕ ਕੋਲਾਬੋਰੇਸ਼ਨ ਸੀ ਕਿ ਕੁਝ ਕੰਟਰੀਜ਼ ਦੇ ਵਿੱਚ ਕੰਟਰੀਜ਼ ਦੀ ਜਿਹੜੀ ਸਪੇਸ ਏਜੰਸੀ ਉਹਨਾਂ ਦੇ ਵਿੱਚ ਜਿਵੇਂ ਕਿ ਨਾਸਾ ਹੋਗੀ ਯੂਰਪੀਅਨ ਸਪੇਸ ਏਜੰਸੀ ਹੋਗੀ ਤੇ ਕੈਨੇਡੀਅਨ ਸਪੇਸ ਏਜੰਸੀ ਹੀ ਹੋਗੀ ਇਸ ਸਿਲੇਟਡ ਫॉर ਦੀ ਲਾਂਚ ਜਿਹੜਾ ਉਹਨਾਂ ਨੇ ਮਤਲਬ 21 ਦਸੰਬਰ ਨੂੰ ਇਹ ਲਾਂਚ ਕੀਤਾ ਸੀਗਾ ਠੀਕ ਹੈ ਹੁਣ ਜਿਹੜੀ ਇਹਨਾਂ ਨੇ ਗੈਲੈਕਸੀ ਦੀ ਇਹਨਾਂ ਨੇ ਪਿਕਚਰ ਲਿਤੀ ਸੀ ਜਿਹੜੀ ਪਿਕਚਰ ਆਪਣੇ ਸਾਹਮਣੇ ਆਈ ਸੀ ਉਹ ਜਿਹੜੀ ਪਿਕਚਰ ਲਿਤੀ ਸੀ ਇਨਫਰਾ ਰੈਡ ਲਾਈਟ ਦੀ ਯੂਜ਼ ਨਾਲ ਉਹ ਲਿਤੀ ਸੀ ਦੀ ਯੂਨੀਵਰਸ ਇਨ ਇਨਫਰਾ ਰੈਡ ਲਾਈਟ ਕਿਉਂਕਿ ਇਨਫਰਾ ਰੈਡ ਲਾਈਟ ਦੀ ਗੱਲ ਕਰੀਏ ਉਸ ਤਸਵੀਰਾਂ ਜਿਹੜੀਆਂ ਗੈਲੈਕਸੀਸ ਨੇ ਆਪਾਂ ਨੂੰ ਦੇਖਣ ਗਿਆ ਦਿਖਣੀਆਂ ਨਹੀਂ ਸੀਗਾ ਠੀਕ ਹੈ ਜਿਹਦੇ ਕਰਕੇ ਇਹਨਾਂ ਨੇ ਕੀ ਕੀਤਾ ਸੀ ਇਹ ਇਨਫਰਾ ਰੈਡ ਲਾਈਟ ਦੀ ਯੂਜ਼ ਕੀਤਾ ਸੀ ਜਿਹਦੇ ਕਰਕੇ ਗੈਲੈਕਸੀਸ ਕੀ ਆਪਾਂ ਬਾਤੋ ਕੀ ਕਰ ਸਕੇ ਡਿਟੈਕਟ ਕਰ ਸਕੇ ਜਿਸੇ ਕਰਕੇ ਇਹ ਗੈਲੈਕਸੀ ਲੱਭੀ ਉਸਨੇ ਅਗਰ ਆਪਾਂ ਇਨਫਰਾ ਰੈਡ ਲ پیری انٹو ڈسٹنٹ یونیورس دی ابزروری ابزروری کین ایسینشلی لوک بیک ان ٹائم کہندے جیڑی اے مطلب اپنے کول जिसे थ्रू आप गलैक्सी फाइंड करती हैं वो की करता ताँद, टाइम पिछले टाइम के दिख दे, पिछे देख स कि टाइम पिछले देख स तेरह पॉइंट पंच बिलीयन ईयरस अगो मतलब अन्ना पिछे आप सारा कुछ देख सकते हैं सटिस्ट है डिटरमाइंड दैट द यूनिवर्स इज एक्सप्रोक अप्रोक्सीमेटली थर्टीन पॉइंट सैवन बिलीयन ईयरस ओल्ड अन्ना साल वह पुराना है लेकिन आप कि साल पिछले देख सकते सर पॉइंट बिलियन ਈਅਰਸ ਅਗੋ ਆਪਾਂ ਦੇਖ ਸਕਦੇ ਆ ਲੇਕਿਨ ਐਕਚੁਅਲੀ ਕਿੰਨਾ ਪੁਰਾਣਾ ਜਿਹੜਾ ਮੰਨਿਆ ਜਾ ਰਿਹਾ 13.7 ਬਿਲੀਅਨ ਈਅਰਸ 올ਡ ਨੂੰ ਮੰਨਿਆ ਜਾ ਰਿਹਾ ਹੈ ਆਪਾਂ ਆਪਣੀ ਗੈਲੈਕਸੀ ਤੋਂ ਬਾਹਰ ਨਿਕਲ ਜੇ ਉਹੀ ਬਹੁਤ ਵੱਡੀ ਗੱਲ ਹੈ ਠੀਕ ਹੈ ਨੇੜਲੀ ਗੈਲੈਕਸੀ ਦਾ ਬਹੁਤ ਅਜੀਬ ਜਿਹਾ ਨਹੀਂ Samsung Samsung Galaxy ਥੈਂਕ ਯੂ ਕੀ ਨਾਮ ਸੀ Well, cool. researcher pointed the telescope as a part of sky near the big dipper which harbor a group of stars ਦੈਟ ਪਰਫਾਰਮ ਏ ਪੈਟਰਨ ਇਨ ਨਾਈਟ ਸਕਾਈ ਇੱਕ ਬਿਗ ਡੇਪਰ ਵੀ ਇਹਨਾਂ ਨੇ ਮਤਲਬ ਫਾਈਂਡ ਕੀਤਾ ਜੇ ਕਿ ਇੱਕ ਪੈਟਰਨ ਬਣਾਉਂਦਾ ਰਾਤ ਨੂੰ ਠੀਕ ਹੈ ਇੱਕ ਪੈਟਰਨ ਦੇ ਵਿੱਚ ਫੋਲ ਕਰਦਾ ਦੀ ਹਰਬਲ ਸਪੇਸ ਟੈਲੀਸਕੋਪ ਫਰਸਟ ਆਬਜ਼ਰਵ ਥਿਸ ਰੀਜਨ ਇਨ 1990 ਸਭ ਤੋਂ ਪਹਿਲੀ ਵਾਰੀ ਜਿਹੜੇ ਇੱਕ ਸੈਟਲਾਈਟ ਦੇ ਦੁਆਰਾ ਡਿਸਕਵਰ ਕੀਤਾ ਗਿਆ ਸੀ ਤਾਂ ਆਪਣੇ ਕੋਲ ਸੈਟਲਾਈਟ ਨਹੀਂ ਕਹਾਂਗੇ ਆਬਜ਼ਰਵਟਰੀ ਕਹਾਂਗੇ ਤਾਂ ਆਪਣੇ ਕੋਲ ਹਰਬਲ ਸਪੇਸ ਟੈਲੀਸਕੋਪ ਦੇ ਦੁਆਰਾ ਇਹ ਡਿਸਕਵਰ ਕੀਤਾ ਗਿਆ ਸੀ ਅਰਸ਼ਾ ਵਿੱਚ ਜੇ ਦੀ ਗੱਲ ਕਰੀਏ ਤਾਂ ਆਪ ਪਿੰਗਲ ਕਿਹਾ ਜਾਏਗਾ ਕਿ ਗਰੁੱਪ ਆਫ ਸਟਾਰਸ ਇਨ ਕੰਸਲਟੇਸ਼ਨ ਸੋਰੀ ਕੰਸਟੇਲੇਸ਼ਨ ਅਰਸ਼ਾ ਮੇਚ नोन ਐਸ ਇਨਨੋ ਗ੍ਰੇਟ ਬੀਅਰ ਵੀ ਕਿਹਾ ਜਾਂਦਾ ਠੀਕ ਹੈ ਇਹਦੇ ਵਿੱਚ ਕੀ ਹੈ ਸੱਤ ਬ੍ਰਾਈਟ ਸਟਾਰਸ ਨੇ ਠੀਕ ਹੈ ਫੋਰ ਫਾਰਮਿੰਗ ਆਬਲੋਂਗ ਬੋਲ ਸ਼ੇਪ ਐਂਡ 3 ਫਾਰਮਿੰਗ ਹੈਂਡਲ ਠੀਕ ਹੈ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੋਊਗਾ ਸਤਿ ਰਿਸ਼ੀ ਦੀ ਗੱਲ ਕਰਦੇ ਆ ਹਨਾ ਜਿਹੜੀ ਕੋਲੀ ਤੇ ਮਤਲਬ ਉਹਦੇ ਹੈਂਡਲ ਬਣਾ ਲਿੰਦੇ ਠੀਕ ਹੈ ਆਪਾਂ ਕਰਛੀ ਕਹਿੰਦੇ ਨਾ ਜਨਰਲੀ ਸਤਿ ਰਿਸ਼ੀ ਕਹਿੰਦੇ ਨਾ ਉਹਨੂੰ ਉਕੋਲੀ ਨੂੰ ਚਮਤੂ ਚਲੋ ਜੋ ਵੀ ਹੈ ਨੈਵੀਗੇਸ਼ਨ ਟੂ ਰੈਫਰੈਂਸ ਟੂ 6 ਗੈਲੈਕਸੀਸ ਤੇ ਅਪਾ ਫੋਕਸ ਕਰਦੇ ਹਾਂ ਉਨ ਕੀ ਹੈ ਵਨ ਆਫ ਦੋਸ ਗੈਲੈਕਸੀਸ ਇਜ਼ 30 ਟਾਈਮਸ ਸਮਾਲਰ ਡਿਸਪਾਈਟ ਹੈਵਿੰਗ ਦੀ ਸੇਮ ਮਾਸ ਐਸ ਮਿਲਕੀਵੇ ਇੱਕ ਇੰਨਾ ਚੋ ਗੈਲੈਕਸੀ ਹੈ ਜੇ ਜਿਹੜੀ 30 ਟਾਈਮਸ ਛੋਟੀ ਹੈ ਆਪਣੀ ਮਿਲਕੀਵੇ ਗੈਲੈਕਸੀ ਤੋਂ ਲੇਕਿਨ ਮਾਸ ਸੇਮ ਹੈ ਉਹਦਾ प्रेजेंस ऑफ लेयर्स मेच्योर बट रिमार्केली कंपैक्ट गलैक्सीज दैन साइंटि हैड प्रीवियसली थोड पॉसिबल मतलब लग्या नहीं पॉसिबल है लेकिन ये सारा कुछ मतलब आप काफ़ी कुछ देख चुके हैं ਜਿਹੜੀਆਂ 6 ਲਾਰਜ ਗੈਲੈਕਸੀਜ਼ ਦੇਖਿਆ ਗਿਆ ਸੀ ਮਚਿਓਰਡ ਗੈਲੈਕਸੀਜ਼ ਥੈਟ ਹਾਸ ਆਰਕ ਮਤਲਬ ਉਨੀ ਹੀ ਸਾਲ ਪੁਰਾਣੀਆਂ ਨੇ ਜਿੰਨੀ ਮਿਲਕੀ ਵੇ ਦੇ ਪੁਰਾਣੀ ਹੈ ਠੀਕ ਹੈ ਬਿਟਵੀਨ ਆਪਣੇ ਕੋਲ ਕਿੰਨਾ ਆ ਜਾਊਗਾ 540 ਮਿਲੀਅਨ ਇਅਰ ਤੋਂ ਲੈ ਕੇ 770 ਮਿਲੀਅਨਸ ਇਅਰ ਉਹ ਗੋ ਮਤਲਬ ਇਹ ਕੁਝ ਟਾਈਮ ਪੀਰੀਅਡ ਦਾ ਰੀਜ਼ਨ ਜਿਹੜੇ ਪੁਰਾਣੀਆਂ ਨੇ ਮੰਨੇ ਜਾਂਦੀ ਹੈ ਮਤਲਬ ਬਿਗ ਬੈਂਕ ਥਿਊਰੀ ਤੋਂ ਬਿਗ ਬੈਂਕ ਤੋਂ ਬਾਅਦ ਹੀ ਇਹ ਸਾਰਾ ਕੁਝ ਹੋਇਆ ਹੈ ਆ ਓਕੇ ਚਲੋ ਅ ਹਜੇ ਤੱਕ ਜੋ ਯੂਨੀਵਰਸ ਡਿਸਕਵਰ ਕੀਤਾ ਗਿਆ ਉਹ ਸਿਰਫ ਤਸਿਰ ਤਿੰਨ ਪਰਸੈਂਟ ਯੂਨੀਵਰਸ ਹੀ ਡਿਸਕਵਰ ਕੀਤਾ ਗਿਆ ਹਜੇ ਤੱਕ ਠੀਕ ਹੈ ਮਤਲਬ ਕਾਫੀ ਜ਼ਿਆਦਾ ਹਜੇ ਪਿਆ ਜੇਮਸ ਵੈਸ ਟੈਲੀਸਕੋਪ ਦੀ ਗੱਲ ਕਰੀਏ ਜਿਆਦਾ ਕੁਝ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਇਹ ਪੁਆਇੰਟ ਆਪਣੇ ਲਈ ਇੰਪੋਰਟੈਂਟ ਹੋ ਸਕਦਾ ਹੈ ਠੀਕ ਹੈ ਇਹ ਕੀ ਹੈ ਹੱਬਲ ਟੈਲੀਸਕੋਪ ਦਾ ਕੀ ਹੈ सक्सेसर ਹੈ ਜਿਹਨੂੰ ਉਹਨਾਂ ਨੇ ਕੀ ਕੀਤਾ ਓਵਰਟੇਕ ਕੀਤਾ ਹੈ ਰੀਸੈਂਟਲੀ ਜੇਮਸ ਵੈਬ ਟੈਲੀਸਕੋਪ ਹੈ ਡਿਸਕਵਰਡ 6 ਜਾਇੰਟ ਗੈਲੈਕਸੀਜ਼ ਵੈਨ ਵੈਨ ਵਾਸ ਥਿਸ ਟੈਲੀਸਕੋਪ ਲਾਂਚ ਕੀਤਾ ਗਿਆ ਸੀ 2021 ਦੇ ਵਿੱਚ ਲਾਂਚ ਕੀਤਾ ਗਿਆ ਸੀ ਕੋਨੋ 2021 ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ ਇੰਡੀਆਸ ਰੈਂਕਸ 42nd ਇਨ ਯੂਐਸ ਚੈਂਬਰ ਆਫ ਕਮਰਸ ਇੰਟਰਨੈਸ਼ਨਲ ਆਈਪੀ ਇੰਡੈਕਸ ਹਾਂਜੀ ਇੰਟਰਨੈਸ਼ਨਲ ਆਈਪੀ ਇੰਡੈਕਸ ਦੀ ਗੱਲ ਕਰੀਏ ਤਾਂ ਇੰਡੀਆ ਦਾ ਕਿੰਨਾ ਰੈਂਕ ਆ ਗਿਆ ਇੰਡੀਆ ਰੈਂਕ ਆਇਆ 42nd ਆਊਟ ਆਫ ਕਿੰਨੀ ਕੰਟਰੀਜ਼ ਦੇ ਵਿੱਚੋਂ ਆਇਆ ਆਊਟ ਆਫ ਕਿੰਨੀ ਕੰਟਰੀਜ਼ ਦੇ ਵਿੱਚੋਂ ਆਇਆ ਤਾਂ ਆਪਣੇ ਕੋਲ ਕਿਹਾ ਜੂਗਾ 55 ਕਿੰਨੀਆਂ 55 ਕੰਟਰੀਜ਼ ਦੇ ਵਿੱਚੋਂ ਇੰਡੀਆ ਦਾ ਕਿੰਨਾ ਰੈਂਕ ਆਇਆ 42 ਆਇਆ 55 ਕੰਟਰੀਜ਼ ਦੇ ਵਿੱਚੋਂ ਹੁਣ ਪ੍ਰੀਵੀਅਸ ਈਅਰ ਦੀ ਗੱਲ ਕਰੀਏ 19 ਦੇ ਵਿੱਚ 36 ਸੀਗਾ 40 40 43 ਤੇ 42 ਠੀਕ ਆ 2023 ਦੇ ਵਿੱਚ ਕਿੰਨਾ ਆ ਗਿਆ 42 ਆ ਗਿਆ 2023 ਦੇ ਵਿੱਚ ਕਿੰਨਾ ਆਇਆ 42 आउट ऑफ फिफ्टी फाइव बिल्कुल जी बिल्कुल ठीक है कि द्वारा रिलीज़ किया द्वारा गया तो अपने को किया जाएगा यूएस चैम्बर ऑफ कॉमर्स द्वारा रिलीज़ किया गया ठीक है हूँ अगर इंडिया का फोर्टी सैकंड रैक से तो सब तो पहली कंट्री किसी सब तो पहला रैंक कि आया तो अपने को जाएगा यू एस ए सब तो पहला से सैकंड की गल करिए सैकड़ तो अपने को आ रहा है यू तीजे की गल करिए तीजे से फ्रांस ठीक है सब तो पहले तो यूएसए सॉरी यू एस ए सैकंड से यूके तीजे ते फ्रांस ठीक है ਇਕਨੋਮਿਕ ਬਸ ਇਹ ਐਫਰਟਸ ਕਰ ਰਹੀ ਹੈ ਇੰਡੀਆ ਠੀਕ ਹੈ ਇੰਪਰੂਵ ਕਰਨ ਲਈ ਕੁਝ ਹੋਰ ਗੱਲਾਂ ਕਹੀਆਂ ਹੋਈਆਂ ਵੀ ਇੰਡੀਆ ਕੀ ਹੈ ਇੱਕ ਹੈ ਜੀ ਕੰਟਰੀਜ਼ ਦੇ ਵਿੱਚੋਂ ਬਣ ਸਕਦੀ ਹੈ ਜਿਹੜੀ ਕਾਫੀ ਜਿਹਦੀ ਇਕਨੋਮੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਆਨ ਵਾਲੇ ਟਾਈਮ ਤੇ ਇੰਡੀਆ ਕੀ ਬਣ ਸਕਦੀ ਹੈ ਇੱਕ ਮਤਲਬ ਲੀਡਿੰਗ ਕੰਟਰੀ ਬਣ ਸਕਦੀ ਹੈ 올 ਓਵਰ ਵਰਲਡ ਦੀ ਕੀ ਬਣ ਸਕਦੀ ਹੈ ਲੀਡਰ ਵੀ ਬਣ ਸਕਦੀ ਹੈ ਜਿਹੜੀ ਮਾਰਕੀਟ ਨੂੰ ਕੀ ਕਰ ਲੂਗੀ ਪੂਰੇ ਪੂਰੇ ਤੇ ਕਿਨਾਂ ਕੰਜ਼ੂਮ ਕਰ ਲੂਗੀ ਈਟੀਓ ਕੰਟਰੀਜ਼ Trees, okay. uh, one of the major areas of weakness india's weakness the uh, is the dissolution of ip ਅਪਲੇਟ ਬੋਰਡ ਇਨ 2021 ਜਿਹੜਾ ਮਤਲਬ ਡਿਸੋਲੂਸ਼ਨ ਮਤਲਬ ਖਤਮ ਹੋ ਚੁੱਕਿਆ ਸੀਗਾ ਠੀਕ ਹੈ ਜਿਹੜੇ ਕਰਕੇ ਇੰਡੀਆ ਕੋ ਸਿਰਫ ਸੀ ਲਿਮਟਿਡ ਫਰੇਮਵਰਕ ਸੀਗਾ ਉਹ ਕੀ ਸੀਗਾ ਇੱਕ ਡਰਾਬੈਗ ਸੀਗਾ ਜਾਂ ਵੀਕਨੈਸ ਕੀ ਸੀਗੀ ਹੁਣ ਇੰਟਰਨੈਸ਼ਨਲ ਆਈਪੀ ਇੰਡੈਕਸ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਆਈਪੀ ਇੰਡੈਕਸ ਕੀ ਹੈ ਜੋ ਯੂਐਸ ਚੈਂਬਰ ਆਫ ਕਮਰਸ ਦਾ ਠੀਕ ਹੈ ਜਿਹਦੇ ਦੁਆਰਾ ਇਹ ਰਿਪੋਰਟ ਐਨੂਅਲੀ ਦਿੱਤੀ ਜਾਂਦੀ ਹੈ ਹਰ ਸਾਲ ਜਿਹਦੇ ਵਿੱਚ ਉਹ ਕੀ ਕਰਦੇ ਆ ਪ੍ਰੋਟੈਕਸ਼ਨ ਆਫ ਆਈਪੀ ਰਾਈਟਸ ਜਿਹੜੇ ਆਈਪੀ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਵਰਲਡ ਦੀਆਂ ਜਿਹੜੀਆਂ ਮੈਕ ਜੋ ਕਿ ਆ ਓਵਰঅল ਗਲੋਬਲ ਜੀਡੀਪੀ ਦੀ ਗੱਲ ਕਰਦੇ 90% ਗਲੋਬਲ ਜੀਡੀਪੀ ਨੂੰ ਰਿਪਰੈਜ਼ੈਂਟ ਕਰਦੀਆਂ ਹਨ ਨਹੀਂ ਕਾਪੀਰਾਈਟ ਲਾ 4 ਪੋਟੈਂਸ਼ੀਅਲ ਐਂਡ ਮੋਨਿਟਰਿੰਗ ਆਈਪੀ ਐਸੈਟਸ ਐਂਡ ਰੈਕਟੀਫਾਈਂਗ ਦੀ ਇੰਟਰਨੈਸ਼ਨਲ ਐਗਰੀਮੈਂਟ ਜਰੂਰੀ ਨਹੀਂ ਹੈ 왓 ਇਜ਼ ਰੈਂਕ ਆਫ ਇੰਡੀਆ ਇਨ ਰੀਸੈਂਟਲੀ ਰਿਲੀਜ਼ ਆਈਪੀ ਇੰਡੈਕਸ ਆਪ ਨੂੰ ਹੁਣੀ ਪੜਿਆ ਕਿੰਨਾ ਸੀ 42 ਕਿੰਨਾ ਸੀਗਾ 42 ऑस्ट्रेलिया बीट साउथ अफ्रीका टू विन आईसीसी टी20 वर्ल्ड कप फोर सिक्स टाइम अगर आप करिए आस्ट्रेलियाली ऑस्ट्रेलिया ने छः बार लगातार छः बार अगर आप टी ट्वेंटी की गल करिए वर्ल्ड कप जितया जीत चुके हैं लगातार छः बार ठीक है एक बार नहीं दो बार नहीं लगातार छः वार हूँ छे वारे ईयर की आजूगी गल ਕਿਹੜੇ ਕਿਹੜੇ ਇਅਰ ਦੇ ਵਿੱਚ ਜਿੱਤੇ ਹੋਇਆ ਬਿਲਕੁਲ ਜੀ ਬਿਲਕੁਲ 6 ਟਾਈਮ ਤਾਂ 2010 ਦੇ ਵਿੱਚ ਜਿੱਤੇ ਆ 2012 2014 2016 2018 ਤੇ 2023 ਇਹੀ ਹੈ ਨਾ ਇਹ ਹੀ ਹੈ ਨਾ ਇਹੀ ਸੀਗੇ ਮਤਲਬ ਦੋ ਦੋ ਦੇ ਗੈਪ ਦੇ ਆ ਲਿਖਿਆ ਹੀ ਹੋ ਰਿਹਾ ਉਹਨੇ 2010 12 14 18 20 ਤੇ 23 ਇਹ 6 ਸਾਲ ਇਹਨਾਂ ਨੇ ਜਿੱਤੇ ਆ ਲਗਾਤਾਰ ਠੀਕ ਹੈ ਜੀ ਫਾਈਨਲ ਮੈਚ ਕਿੱਥੇ ਹੋਇਆ ਸੀ ਕੇਪ ਟਾਊਨ ਦੇ ਵਿੱਚ ਫਾਈਨਲ ਮੈਚ ਹੋਇਆ ਸੀ ਕਿਹਦੇ ਅਗੇਂਸਟ ਹੋਇਆ ਸੀ ਤਾਂ ਆਪਣੇ ਕੋਲ ਕੀ ਆ ਜੂ ਸਾਊਥ ਅਫਰੀਕਾ ਦੇ ਅਗੇਂਸਟ ਹੋਇਆ ਸੀਗਾ ਠੀਕ ਹੈ 6 ਟਾਈਮ ਜਿੱਤ ਚੁੱਕੇ ਆ ਸਾਊਥ ਅਫਰੀਕਾ ਨੂੰ ਨੇ ਹਰਾਤਾ ਸੀਗਾ ਇੰਪੋਰਟੈਂਟ ਪੁਆਇੰਟ ਆਪਣੇ ਕੋਲ ਦੇਖਿਓ ਪਲੇਅਰ ਆਫ ਦਿ ਟੂਰਨਾਮੈਂਟ ਆਪਣੇ ਕੋਲ ਕੀ ਆ ਗਿਆ ਗਾਰਡਨਰ ਪਲੇਅਰ ਆਫ ਦੀ ਟੂਰਨਾਮੈਂਟ ਨੇ ਠੀਕ ਹੈ ਅਗਰ ਪਲੇਅਰ ਆਫ ਦੀ ਮੈਚ ਦੀ ਗੱਲ ਕਰੀਏ ਮੈਨ ਆਫ ਦੀ ਪਲੇਅਰ ਤਾਂ ਆਪਣੇ ਕੋਲ ਕਿਹੜੇ ਮੌਨੀ ਕੀ ਆਉਣ ਜਾਣਗੇ ਪਲੇਅਰ ਆਫ ਦੀ ਮੈਚ ਆ ਜਾਣਗੇ ਠੀਕ ਹੈ ਵੂਮਨਸ ਟੀ20 ਵਰਲਡ ਕੱਪ ਦੀ ਗੱਲ ਕਰੀਏ ਤਾਂ 9th ਐਡੀਸ਼ਨ ਹੈ ਜਿਹੜਾ ਠੀਕ ਹੈ ਦੋ ਜਿਹੜਾ ਅਗਲੇ ਸਾਲ ਹੋਣਾ ਹੈ 2024 ਦੇ ਵਿੱਚ ICC ਵੂਮਨਸ ਟੀ20 ਵਰਲਡ ਕੱਪ ਉਹ ਕਿੱਥੇ ਹੋਣਾ ਸ਼ਡਿਊਲ ਬੰਗਲਾਦੇਸ਼ ਦੇ ਵਿੱਚ ਉਹ ਸ਼ਡਿਊਲ ਹੋਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਫਰਦਰ ਇੰਗਲੈਂਡ ਦੇ ਵਿੱਚ ਕਦੋਂ ਹੋਣਾ ਹੈ 2026 ਦੇ ਵਿੱਚ ਠੀਕ ਹੈ ਇੰਗਲੈਂਡ ਦੇ ਵਿੱਚ ਕਦੋਂ ਉਹਨਾ 2026 ਦੇ ਵਿੱਚ ਉਹਨਾ ਦੋ ਹੋਣੇ ਠੀਕ ਹੈ ਫਰਸਟ ਐਡੀਸ਼ਨ ਸਭ ਤੋਂ ਪਹਿਲੀ ਵਾਰ ਇਹ ਕਦੋਂ ਐਸੀ 2009 ਦੇ ਵਿੱਚ ਹੋਇਆ ਸੀ ਕਿੱਥੇ ਹੋਇਆ ਸੀ ਇੰਗਲੈਂਡ ਦੇ ਵਿੱਚ ਹੋਇਆ ਸੀ ਪਿਛਲੇ ਸਾਲ ਦੀ ਗੱਲ ਕਰੀਏ ਜਿਹੜਾ 2022 ਦੇ 20 ਦੇ ਵਿੱਚ ਹੋਇਆ ਸੀ ਉਹ ਕਿੱਥੇ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਓਕੇ ਵਿਚ ਵਾਟ ਇਜ਼ ਦੀ ਰਨਰ ਅਪ ਟੀਮ ਆਫ ਆਈਸੀਸੀ वूमेन टी20 ਵਰਲਡ ਕਪਸ ਦਾ ਰਨਰ ਅਪ ਦੀ ਪੁੱਛਿਆ ਤਾਂ ਆਪਣੇ ਕੋਲ ਕੀ ਆ ਜੂਗਾ ਸਾਊਥ ਅਫਰੀਕਾ ਕੀ ਹੈ ਰਨਰ ਅਪ ਸਾਊਥ ਅਫਰੀਕਾ ਕੀ ਹੈ ਰਨਰ ਅਪ ਟੀਮ ਹੈ ਚਲੋ ਜੀ 댓्स 올 ফর ਟੁਡੇ ਅੱਜ ਲਈ ਇੰਨਾ ਬਹੁਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੱਥ ਜੋੜਿਆ ਠੀਕ ਹੈ ਸਰ ਐਦਾਂ ਹੱਥ ਨਾਲ ਜੋੜਾ ਕਰੋ ਬੋਲਦਿਆ ਕਰੋ ਠੀਕ ਹੈ ਮੈਨੂੰ ਸਮਝ ਨਹੀਂ ਆਉਂਦਾ ਵਿਸ਼ ਕਰ ਰਹੇ ਹਾਂ ਕੀ ਕਰ ਰਹੇ ਹਾਂ ਠੀਕ ਹੈ ਗੁੱਡ ਮਾਰਨਿੰਗ ਬੋਲਣਾ ਮੈਂ ਜਾਂ ਸਤਿ ਸ੍ਰੀ ਅਕਾਲ ਬੋਲਣਾ ਜਾਂ ਕੀ ਬੋਲਣਾ ਰੋਹਿੰਦਰ ਤੁਹਾਨੂੰ ਤਾਂ ਕਹਿੰਦੇ ਸੀ ਮੈਂ ਆਣਾ ਨਹੀਂ ਕੱਲ ਅੱਛਾ ਇਹ ਵੀ ਗੱਲ ਸੀ ਅੱਛਾ ਗੁੱਡ ਮਾਰਨਿੰਗ ਬੋਲੀਏ ਠੀਕ ਹੈ ਜੀ ਬੁਲਾਵਾ ਆ ਗਿਆ ਮੈਨੂੰ ਹੈਲੋ ਸਰ ਬੀਏ ਵਿਦ ਕੰਪਿਊਟਰ ਲਈ ਕੰਪਿਊਟਰ ਸਰਟੀਫਿਕੇਟ ਜ਼ਰੂਰੀ ਹੈ ਪਟਵਾਰੀ ਲਈ ਅ ਇੱਕ ਕੁਸ਼ਨ ਪੁੱਛਿਆ ਕਿਸੇ ਨੂੰ ਪਤਾ ਤਾਂ ਜਵਾਬ ਦੇ ਦਿਓ ਮੈਨੂੰ ਕੋਈ ਆਈਡੀਆ ਨਹੀਂ ਹੈ ਅਦਰਵਾਇਜ਼ ਕਿਉਂਕਿ ਮੈਂ ਕਲੀਅਰ ਕਰਦੇ ਹਾਂ ਇਹ ਸਾਰੀਆਂ ਗੱਲਾਂ ਠੀਕ ਹੈ ਓਕੇ ਅ ਯਸ ਜ਼ਰੂਰੀ ਹੈ ਠੀਕ ਹੈ ਸਾਰੇ ਕਹਿ ਰਿਹਾ ਕੀ ਨਾਮ ਹੈ ਤੁਹਾਡਾ ਲਵ ਹਿਟਸ ਅੱਛਾ ਜੀ ਅ ਕੰਪਿਊਟਰ ਸਰਟੀਫਿਕੇਟ ਜ਼ਰੂਰੀ ਹੈ 120 ਘੰਟਿਆਂ ਵਾਲਾ ਓਕੇ ਚਲੋ ਜੀ ਦੈਟਸ ਆਲ ਫॉर ਟੁਡੇ ਅੱਜ ਲਈ ਬਹੁਤ ਹੈ ਮੇਰਾ ਵਟਸਐਪ ਦੇਖ ਲਿਓ ਸਰ ਦੇਖ ਤਾ ਲਿਆ ਸੀ ਕੱਲ ਤੈਨੂੰ ਮੈਸੇਜ ਕਰ ਦਿੱਤਾ ਸੀ ਹੋਰ ਤੈਨੂੰ ਕੀ ਰਹਿ ਗਿਆ ਅਜੇ ਹੋਰ ਵੀ ਕੁਝ ਪੈਂਡਿੰਗ ਹੈ ਵੈਲਕਮ ਜੀ ਵੈਲਕਮ ਓਕੇ ਸਾਰੇ ਹੀ ਗੁੱਸਾ ਹੋ ਰਹੇ ਆ ਤੁਸੀਂ ਵੀ ਹੋ ਲੋ ਕੀ ਫਰਕ ਪੈ ਰਿਹਾ ਹੋਰੇ ਠੀਕ ਹੈ ਕੱਲ ਸ਼ਿਵਮ ਨੂੰ ਸ਼ਿਵਮ ਵੀ ਹੋ ਗਿਆ ਸੀਗਾ ਠੀਕ ਹੈ ਐਦਾਂ ਹੀ ਚੱਲ ਰਿਹਾ ਮੇਰਾ ਤਾਂ ਕੋਈ ਗੱਲ ਨਹੀਂ ਚਲੋ ਦੈਟਸ ਆਲ ਫॉर ਟੁਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜੈਨ